ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੂਰੀ ਨਿੱਜਰਾਂ ਦਾ ਜੱਟ ਹੈਗਾ। ਚੌਧਰੀ ਜਿਹੜਾ ਹੈਗਾ ਇਹ ਜਿਹੜੇ ਖੇਤੀ ਕਰਦੇ ਆਮ ਤੌਰ ਤੇ ਇਹ ਜੱਟਾਂ ਦਾ ਕੜਸੀ ਟਾਈਟਲ ਹੈਗਾ, ਜਿੱਦਾਂ ਮਿਸਟਰ ਹੈਗਾ। ਤੇ ਚੌਧਰੀ ਰਜਿੰਦਰ ਮੇਰਾ ਪਹਿਲਾ ਨਾਮ ਹੈਗਾ, ਨਿੱਜਰ ਮੇਰਾ ਸਰਨੇਮ ਹੈਗਾ, ਤੇ ਜੱਟ ਮੇਰਾ ਕਬੀਲਾ ਹੈਗਾ ਜਾਂ ਟ੍ਰਾਈਬ ਹੈਗਾ। ਜਿਹੜਾ ਸੈਡਮ ਹੁਸੈਨ ਸੀਗਾ ਉਹਦਾ ਕਬੀਲਾ ਵੀ ਜੱਟ ਸੀਗਾ, ਉਹ ਖੋਖਰ ਜੱਟ ਸੀਗਾ। ਤੇ ਸਾਡੇ ਆਦਮੀ ਉੱਥੋਂ ਇੰਡੀਆ ਤੋਂ ਲੈ ਕੇ ਗਿਆ ਸੀ, ਇੱਕ ਹਮਲਾ ਹੋ ਗਿਆ, ਉਹ ਇਰਾਕ ਵਿੱਚ ਲੈ ਗਿਆ ਸੀ ਜਹਾਜ਼ ਭਰ ਕੇ, ਤੇ ਉੱਥੇ ਖੇਤੀ ਕਰਨ ਲਈ ਵੀ ਇਹ ਖੇਤੀ ਕਰਨਗੇ, ਤੇ ਉਹ ਉੱਥੇ ਆਬਾਦ ਹੈਗੇ ਨੇ। ਤੇ ਉਹਦਾ ਜਿਹੜਾ ਉਹਨੂੰ ਮਾਰਿਆ ਸੀ ਨਾ ਹੱਕਾ ਮਾਰਿਆ ਸੀ, ਤੇ ਉਹਦਾ ਬਦਲਾ ਹੁਣ ਕੂਟਣ ਲਵੇਗਾ। ਗਦਾਫੀ ਵੀ ਮਾਰਿਆ ਨਾ ਹੱਕਾ, ਇਹ ਸਾਰੇ ਜਿਹੜੇ ਹੈਗੇ ਨਾ USA, ਇਹ ਸ਼ੈਤਾਨ ਹੈਗਾ ਇੱਕ ਨੰਬਰ ਦਾ। ਤੇ ਇੱਕ ਇੱਥੇ ਗ੍ਰੀਨ ਪਾਰਟੀ ਦੀ ਸੀਗੀ MP, ਉਹਨੇ ਬੜਾ ਸੋਹਣਾ ਕਾਰਟੂਨ ਬਣਾ ਕੇ ਇਹਨਾਂ ਦਾ ਦੱਸੀਏ ਕਰਤੂਤਾਂ, ਤੇ ਉਹ ਇਹਨਾਂ ਦੇ ਜਿਹੜਾ ਸੀ ਨਾ ਜੂਸ਼ ਨਿਊਜ਼ ਪੇਪਰ ਉਹਦੇ ਛਪਿਆ। ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡੇ ਬਰਥ ਲੈਕ ਆ, ਉਹ ਲਾ ਲਿਆ, ਤੇ ਉਹਦੇ ਤੋਂ ਮਾਫ਼ੀ ਮੰਗਣ ਲਿਖਿਆ ਉਹਨੂੰ, ਫਿਰ ਆ ਉਹਨੇ ਛਾਪਿਆ ਸੀਗਾ ਕਿ ਅੱਜ ਜਿਹੜਾ ਜੂਇਸ਼ ਮੈਨ ਹੈਗਾ ਡੇਵਿਡ ਕਰਾਸ ਹੈ, ਇਹ ਸਾਰੇ ਮੁਲਕਾਂ 'ਚ ਖਰਾਬਾ ਪਾ ਰਿਹਾ ਹੈਗਾ। ਜੇ ਇਹ ਬੈਨਰ ਬਣਾ ਕੇ ਜੇ ਲੋਕ ਲਾਉਣ ਡਿਸਪਲੇ ਕਰਨ, ਤਾਂ ਉੱਥੇ ਲੋਕਾਂ ਨੂੰ ਪਤਾ ਲੱਗੇ ਵੀ ਕੌਣ ਹੈਗਾ ਇਹਨਾਂ ਸਾਰੀਆਂ ਸ਼ਰਾਰਤਾਂ ਦੇ ਪਿੱਛੇ, ਅਤੇ ਅਮਨ ਚੈਨ ਹੋਏਗਾ। ਅਤੇ ਅੱਗੇ ਤੁਹਾਡੀ ਮਰਜ਼ੀ। ਹੁਣ ਇਹ ਜਿਹੜਾ ਹੈਗਾ ਕਲਯੁਗ ਹੈਗਾ, ਕਲਯੁਗ ਵਿੱਚ ਹੁੰਦਾ ਜਿਹੜਾ ਬ੍ਰਹਮ ਹੈਗੇ ਲਾਲਚੀ ਅਤੇ ਅੰਨੇ ਹੋ ਜਾਂਦੇ, ਮਨ ਦੇ ਇੰਨੇ ਮਨ ਅੰਨੇ ਹੋ ਜਾਂਦੇ ਕਿ ਜਿਹੜੇ ਤੁਸੀਂ ਚਰਚਾ 'ਚ ਦੇਖਦੇ ਹੈ ਜਦੋਂ ਕਰਦੇ ਪ੍ਰੇਅਰ ਕਰਦੇ, ਕਹਿੰਦੇ ਆਵਰ ਫਾਦਰ ਇਨ ਹੈਵਨ, ਆਵਰ ਫਾਦਰ ਤਾਂ ਹੈ ਨਹੀਂ ਹੈਵਨ, ਹੈਵਨ ਵਿੱਚ ਐਲੀਨੇਟਿਡ। ਸੇਂਟ ਪੌਲ ਸਾਫ਼ ਕਹਿ ਗਿਆ ਹੀ ਟੂ ਮੋਰ ਐਲੀਨੇਟ, ਉਹ ਇੱਥੇ ਹੈਗਾ ਆਪਣੇ ਹਰਿਮੰਦਰ ਵਿੱਚ ਰਹਿੰਦਾ। ਇਹ ਟੈਂਪਲ ਆਫ ਗੋਡ ਹੈਗਾ ਨਾ, ਨਾਟ ਬੇਡ ਬਾਈ ਹਿਊਮਨ ਹੈਂਡ, ਗੋਡ ਇੱਥੇ ਹੈਗਾ। ਯੂ ਵਰਸ਼ਿਪ ਹਿਮ ਇਨ ਟਰੁੱਥ ਐਂਡ ਇਨ ਸਪਿਰਿਟ, ਜਿੱਦਾਂ ਨਾਂਥੀਓ ਸੀਗਾ, ਜਿਹੜੀ ਚੀਜ਼ ਅੰਦਰ ਸੀ ਉਹ ਹੀ ਬਾਹਰ ਸੀਗੀ। ਅੱਜ ਕੱਲ੍ਹ ਜਿਹੜੇ ਕਿ ਬੋਲ ਕੇ ਉਹ ਇੰਗਲੈਂਡ ਹੋਇਆ, ਡੇਟਾ ਪ੍ਰੋਟੈਕਸ਼ਨ ਜੀ, ਤੁਸੀਂ ਦੱਸ ਨਹੀਂ ਸਕਦੇ ਆਹ ਚੀਜ਼ ਨਹੀਂ ਦੱਸ ਸਕਦੇ, ਉਹ ਨਹੀਂ ਦੱਸ ਸਕਦੇ, ਇਹ ਸ਼ੈਤਾਨ ਦਾ ਮੁਲਕ ਹੈਗਾ। ਅਤੇ ਇਹ ਸਾਰੇ ਜਿਹੜੇ ਪੂਟਰ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਰਗੜਨਾ ਹੈਗਾ। ਇਹ ਜਿਹੜੇ USA ਦੇ ਯੂਰਪ ਨੇ ਕੀਤਾ ਸੀ ਨਾ ਅਟੈਕ ਸੈਡਮ ਹੁਸੈਨ ਦੇ, ਉਹਦੇ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈਗੇ ਨੇ, ਇੱਕ ਹੈਗਾ ਮੇਜਰ ਜਨਰਲ ਆਰਮੀ ਦਾ, ਉਹ ਉੱਥੇ ਗਿਆ ਸੀਗਾ, ਉਹ ਹੁਣ ਕਰ ਰਿਹਾ ਹੈਗਾ ਕ੍ਰਿਸਚੀਅਨ ਮਿਨਿਸਟਰੀ। ਅਤੇ ਉਹ ਰੈਡਿੰਗ ਆਇਆ ਸੀ, ਉਹਨੇ ਪ੍ਰਚਾਰ ਕੀਤਾ, ਅਤੇ ਲੋਕਾਂ ਨੇ ਉਹਨੂੰ ਪੁੱਛਿਆ ਵੀ ਤੂੰ ਇਰਾਕ ਸੀਗਾ, ਉੱਥੇ ਕੋਈ ਵੈਪਨ ਆਫ ਮਾਸ ਡਿਸਟ੍ਰਕਸ਼ਨ ਸੀਗੇ? ਉਹ ਤਾਂ ਕਹਿੰਦਾ ਬਿਲਕੁਲ ਨਹੀਂ ਸੀਗੇ। ਯਾਨੀ ਉਹਨਾਂ ਨੇ ਕੁਫਰ ਬੋਲਿਆ, ਕੂੜ, ਅਤੇ ਕੂੜ ਬੋਲਿਆ। ਅਤੇ ਇਹ ਜਿਹੜੇ ਅੱਗੇ ਚਰਚ ਵਾਲੇ ਅੱਗੇ ਚੁੱਪ ਕਰਕੇ ਬੈਠੇ ਨੇ। ਇਹ ਜਿਹੜੇ ਏਦਾਂ ਦੇ ਜਿਹੜੇ ਆਦਮੀ ਹੁੰਦੇ ਨੇ ਜਿਹਨਾਂ ਦੇ ਕੋਲ ਗਿਆਨ ਹੁੰਦਾ ਹੈਗਾ, ਅਤੇ ਉਹ ਪੋਟੀ ਟੰਡਰ ਦੀ ਬੁਸ਼ਲ, ਉਹ ਜਿਹੜਾ ਬੁਸ਼ਲ ਇੱਥੇ ਥੱਲੇ ਪਾਇਆ ਨਾ, ਉਹ ਇਹਨਾਂ ਨੂੰ ਮਾਰੇਗਾ। ਇਹਨਾਂ ਦੇਖਿਆ ਜੇ ਕਿਤਾਬ ਕੁੱਟ ਪੈਂਦੀ, ਇਸ ਕਰਕੇ ਜੇ ਗਿਆਨ ਤੁਹਾਨੂੰ ਹੈਗਾ ਉਹਨੂੰ ਕੋਠੇ ਤੇ ਚੜ੍ਹ ਕੇ ਉਹਨੂੰ ਐਲਾਨ ਕਰੋ। ਉਹ ਪਾਰਬ੍ਰਹਮ ਦਾ ਗਿਆਨ ਹੈਗਾ, ਉਹ ਤੁਹਾਡੇ ਤੇ ਹੱਥ ਰੱਖਦਾ ਹੈਗਾ, ਰਾਖੀ ਆਦਮੀ ਦੀ ਨਹੀਂ ਹੈਗੀ। ਕੋਈ ਘਬਰਾਉਣ ਦੀ ਲੋੜ ਨਹੀਂ, ਆਪਣੇ ਪੈਰਾਂ ਤੇ ਖੜੇ ਹੋ ਕੇ ਉੱਥੇ ਕਰੋ ਵੀ ਆਹੀ ਗੱਲ ਹੈਗੀ। ਤੇ ਹੋਰ ਬਾਕੀ ਇਹਦਾ ਇਸ ਕਲਯੁਗ ਦੇ ਬਾਰੇ ਸਤਿਗੁਰੂ ਨਾਨਕ ਦੇਵ ਜੀ ਕਹਿ ਗਏ ਨੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਇਹ ਜਿਹੜਾ ਨਾ ਇਹਨਾਂ ਲੋਕਾਂ ਚ ਸ਼ਰਮ ਹੈਗੀ ਨਾ ਧਰਮ ਹੈਗਾ। ਕੂੜ ਇੱਕ ਹੁੰਦਾ ਨਾ ਕੂੜ, ਇੱਕ ਹੁੰਦਾ ਝੂਠ, ਝੂਠ ਹੁੰਦਾ ਵੀ ਜਿੱਦਾਂ ਹੈਗਾ ਨਾ ਕਹਿੰਦਾ ਵੀ ਉਹਨੇ ਝੂਠ ਬੋਲਿਆ, ਉਹਨੇ ਇੰਨੇ ਮੈਂ ਪੈਸੇ ਦਿੱਤੇ ਸੀ, ਉਹ ਕਹਿੰਦਾ ਇੰਨੇ ਸੀਗੇ। ਦੋ ਆਦਮੀ ਜਿਹੜੀ ਦੋ ਅੱਖਾਂ ਦਾ ਪਤਾ ਲੱਗੇ ਨਾ, ਪਰਖੀ ਜਾਵੇ, ਉਹ ਝੂਠ ਤੇ ਸੱਚ ਹੁੰਦਾ ਹੈਗਾ। ਜਿਹੜੀ ਮਨ ਦੀ ਤੀਜੀ ਆਪਣਾ ਜਦੋਂ ਪਰਖਣਾ, ਉਹ ਜਿਹਦੇ ਕੋਲ ਹੈਗੀ ਉਹੀ ਕੂੜ ਨੂੰ ਪਰਖ ਸਕਦਾ ਹੈਗਾ।
ਦੂਜਾ ਆਦਮੀ ਨਹੀਂ ਜਿਹਦਾ ਮਨ ਜਾਗਿਆ ਹੋਇਆ, ਜਿਹਦਾ ਮਨ ਸੁੱਤਾ ਹੋਇਆ, ਉਹ ਕਹੂਗਾ ਅਖਬਾਰਾਂ ਚ ਲਿਖ ਦਿੰਦੇ ਨੇ ਤੇ ਉਹ ਵੱਡੇ ਵੱਡੇ ਪ੍ਰਚਾਰ ਕਰ ਜਾਂਦੇ ਗੁਰਦੁਆਰਿਆਂ ਚ ਸਾਰੀ ਜਗ੍ਹਾ, ਤੇ ਉਹਦੇ ਦਿਮਾਗ ਵਿੱਚ ਉਹੀ ਹੁੰਦਾ ਵੀ ਜੋ ਉਹ ਕਹਿੰਦੇ ਉਹ ਸੱਚ ਹੀ ਹੈਗਾ। ਜਿੱਦਾਂ ਹੈਗਾ 1984 ਚ ਕਹਿੰਦੇ ਵੀ ਇੰਨੇ ਸਿੱਖ ਮਰ ਗਏ, ਸਿੱਖ ਦਾ ਹੁੰਦਾ ਨਾਦੀ ਰੂਪ, ਬੋਲਿਆ ਪਤਾ ਲੱਗਦਾ ਵੀ ਕੋਈ ਸਿੱਖਿਆ ਕਹਿ ਗਏ। ਮੈਂ ਜੱਟ ਹੈਗਾ, ਜੱਟ ਜੰਮੇ ਜੱਟ ਹੀ ਮਰੇਗਾ ਨਾ, ਨਿੱਜਰ ਜੱਟ। ਸਿੱਖ ਹੁੰਦਾ ਸੂਖਸ਼ਮ ਰੂਪ ਨੂੰ ਕਹਿੰਦੇ, ਜਿਹੜਾ ਜੱਟ ਮਰੇਗਾ ਅਸਥੂਰ ਰੂਪ ਹੈਗਾ, ਆ ਅਸਥੂਰ ਰੂਪ ਬਿੰਦੀ ਬਿੰਦੀ ਰੂਪ, ਤੇ ਸਿੱਖ ਮੇਰਾ ਨਾਦੀ ਰੂਪ ਹੈਗਾ। ਤੇ ਲੋਕਾਂ ਨੂੰ ਇਹ ਨਹੀਂ ਪਤਾ ਦਾਦੀ ਬੀਜੀ ਦਾ ਕੁਛ ਨਹੀਂ ਪਤਾ, ਗਿਆਨੀ ਜਿਹੜੇ ਹੈਗੇ ਨੇ ਕੁਛ ਨਹੀਂ ਪਤਾ ਉਹਨਾਂ ਨੂੰ, ਇਹ ਤੋਤੇ ਵਾਂਗ ਪਾਠ ਕਰਕੇ ਦੇਖਿਆ ਲਾਂਭੇ ਹੁੰਦੇ ਤੇ ਪੈਸੇ ਮਗੋਰ ਕੇ ਤਾਂ ਲਾਂਭੇ ਹੁੰਦੇ ਨੇ। ਅੰਮ੍ਰਿਤਸਰੀਏ ਅੰਦਰ ਸੜੀਏ, ਅੰਮ੍ਰਿਤਸਰ ਦੇ ਜਿੰਨੇ ਹੈਗੇ ਨਾ ਠੱਗ, ਉਹ ਬਨਾਰਸ ਦੇ ਠੱਗਾਂ ਨਾਲ ਵੀ ਟੱਪ ਗਏ ਨੇ, ਉਹਨਾਂ ਨੂੰ ਬਿਲਕੁਲ ਸ਼ਰਮ ਹੈ ਜੀ। ਆਪਣਾ ਇੰਡੀਆ ਹੈਗਾ, ਸਾਊਥ ਇੰਡੀਆ ਵਿੱਚ ਸ਼ਰਮ ਹੈਗੀ, ਉੱਥੇ ਧਰਮ ਹੈਗਾ, ਉੱਥੇ ਕੋਈ ਭਗਤ ਨਹੀਂ ਹੋਇਆ, ਭਗਤ ਹੋਏ ਜਿੱਥੇ ਨਹੀਂ ਸੀ ਸ਼ਰਮ ਧਰਮ। ਤੇ ਉੱਥੇ ਆਇਆ ਸੀ ਆਪਣੇ ਸੇਂਟ ਥੋਮਸ, ਆਪਣਾ ਪ੍ਰਚਾਰ ਕਰ ਗਿਆ ਕਿ ਉਹ ਤੁਹਾਨੂੰ ਇਹ ਪ੍ਰਚਾਰ ਸਮਝਣ ਲਈ ਪਹਿਲਾਂ ਕੱਚੇ ਪਿਓ ਦਾ ਬਣਨਾ ਪੈਂਦਾ ਹੈਗਾ, ਆਇਸ ਪਿਓ ਦਾ, ਤਦ ਫਿਰ ਪੱਕੇ ਪਿਓ ਦਾ ਤੁਹਾਨੂੰ ਖਬਰ ਆਉਂਦੀ ਹੈਗੀ। ਜੇ ਇਹਦੀ ਸੁਰਤੀ ਨਹੀਂ ਹੈਗੀ ਤੇ ਪੱਕੇ ਦੀ ਕਿਵੇਂ ਹੋ ਜਾਏਗੀ, ਜਿਹੜਾ ਤੁਸੀਂ ਦੇਖ ਸਕਦੇ ਹੈ। ਜਿੱਦਾਂ ਕਿ 1947 ਚ ਜੱਟਾਂ ਨੇ ਜੱਟ ਮਾਰੇ ਪਾਰਟੀਸ਼ਨ ਵੇਲੇ, ਉਹਨਾਂ ਨੂੰ ਇਹ ਆਪਣੇ ਆਪਣੇ ਖਾਨਦਾਨ ਦੇ ਲੋਕਾਂ ਦਾ, ਆਪਣੇ ਕੌਮ ਦੇ ਲੋਕਾਂ ਦੇ, ਜੱਟ ਕੌਮ ਦਾ, ਉਹਨਾਂ ਨੂੰ ਉਹ ਨਹੀਂ ਸੀ ਪਤਾ। ਉਹਨਾਂ ਨੂੰ ਅਕਾਲ ਪੁਰਖ ਦਾ ਤੇ ਅੱਲਾ ਦਾ ਕਿਵੇਂ ਪਤਾ ਲੱਗ ਜਾਏਗਾ, ਉਹ ਦੋਨੋਂ ਸੀਗੇ ਸ਼ੈਤਾਨ ਫਨੈਟਿਕ ਬਣਾਏ ਹੋਏ, ਇਹ ਜਿਹੜੇ ਖੱਤਰੀਆਂ ਨੇ ਤੇ ਲਾਲਿਆਂ ਨੇ, ਤਿੰਨੇ ਲਾਲੇ ਸੀ ਨਾ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੋਹਨ ਦਾਸ ਕਰਮਚੰਦ ਗਾਂਧੀ ਤੇ ਲਾਲਾ ਮੁਹੰਮਦ ਅਲੀ ਜਨਾਬ ਬੱਬਲਾ ਭਾਟੀ, ਇਹ ਤਿੰਨਾਂ ਲਾਲਿਆਂ ਨੇ ਰਲ ਕੇ ਤੇ ਇਹਦਾ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ। ਹੁਣ ਕਲਯੁਗ ਦਾ ਅਖੀਰ ਹੈਗਾ। ਬਾਈਬਲ ਵਿੱਚ ਜਿਹੜੇ ਗਿਆ ਪਹਿਲਾ ਸਤਿਗੁਰੂ ਦੁਨੀਆਂ 'ਚ ਜੀਜ਼ਸ ਆਇਆ ਸੀ, ਕਿਉਂ ਇੱਥੇ ਜਿਹੜੇ ਸੀ ਨਾ ਜਰੂਸਲਮ ਦੇ ਲੋਕ, ਇਹ ਬਣ ਗਏ ਸੀ ਜੀਵ ਜਿਸਮ ਦੇ। ਜਦੋਂ ਜਿਸਮ ਦਾ ਜੀਵ ਬਣ ਗਿਆ ਉਦੋਂ ਉਹਨੇ ਜਿਹੜਾ ਇਹ ਹੁੰਦਾ ਕੋਈ ਬੈਂਜਾਮਿਨ ਟ੍ਰਾਈਬ ਦਾ, ਕੋਈ ਜੂਡਾ ਟ੍ਰਾਈਬ ਦਾ, ਕੋਈ ਲੀਵਾਈ ਟ੍ਰਾਈਬ ਦਾ, ਜਿੱਦਾਂ ਮੈਂ ਹੈਗਾ ਜੱਟ ਟ੍ਰਾਈਬ ਦਾ ਹੈਗਾ, ਕੋਈ ਖੱਤਰੀ ਹੈਗਾ, ਕੋਈ ਤਰਖਾਨ ਹੈਗਾ, ਲੁਹਾਰ ਹੈਗਾ, ਕੋਈ ਚੂਡਾ, ਕੋਈ ਚਮਾਰ, ਇਹ ਜਿਸਮ ਦੇ ਹੁੰਦਾ ਹੈਗਾ। ਰੂਹ ਦੀ ਨਹੀਂ ਜਾਤ ਇਹ ਹੁੰਦੀ, ਰੂਹ ਦੀ ਜਾਤ ਇਹ ਕਰਮਾਂ ਨਾਲ, ਸਹਿਜਾ ਸਹਿਪਾ ਜਿਵੇਂ ਜੋ ਕਰਮ ਕਮਾਉਂਦੇ। ਤੇ ਹਿੰਦੂ ਉਹ ਹੁੰਦਾ ਜਿਹਨੂੰ ਆਪਣੀ ਹੋਂਦ ਪਤਾ ਹੋਵੇ, ਜਿੱਦਾਂ ਮੈਂ ਕਿਹਾ ਨਾ ਪੰਡੋਰੀ ਨਿਚੜਾਂ ਦਾ ਜੱਟ ਹੈਗਾ, ਉਹਦੇ ਨਾਲ ਤੁਹਾਨੂੰ ਮੈਂ ਆਪਣੀ ਹੋਂਦ ਦੱਸ ਦਿੱਤੀ ਵੀ ਮੈਂ ਪੰਡੋਰੀ ਨਿਚੜਾਂ ਦਾ ਰਹਿਣ ਵਾਲਾ ਜਾਤੀ ਔਰ ਵਾਸੀ ਦੱਸ ਦਿੱਤੀ, ਮੈਂ ਹਿੰਦੂ ਹੈਗਾ, ਹਿੰਦੂ ਪਹਿਲਾ ਸਮਾਜ ਹੈਗਾ, ਸਿੱਖ ਦੂਜਾ ਤੇ ਖਾਲਸਾ ਤੀਜਾ ਤੇ ਚੌਥਾ ਸਮਾਜ ਹੈਗਾ ਨਿਰਮਲੇ ਸੰਤਾਂ ਦਾ, ਉਹਨਾਂ ਨੂੰ ਪੰਥ ਕਹਿ ਲਓ, ਸਮਾਜ ਕਹਿ ਲਓ। ਇਹ ਜਿਹੜੇ ਗਿਆਨੀ ਗਿਆਰੇ ਬੜੇ ਤੇ ਸਾਰੇ ਠੱਗੂ ਹੈਗੇ ਨੇ। ਜਦੋਂ ਤੁਸੀਂ ਪੈਸੇ ਵੀ ਕੰਮ ਕਰਦੇ ਹਨ ਉਦੋਂ ਤੁਹਾਨੂੰ ਪਰਬ੍ਰਹਮ ਕੁਛ ਨਹੀਂ ਦਿੰਦਾ। ਜਦੋਂ ਆਪਾਂ ਚਿੱਤ ਲਾ ਕੇ ਕਰਦੇ ਨਾ ਕੰਮ ਪਰਬ੍ਰਹਮ ਦਾ, ਉਦੋਂ ਤੁਹਾਨੂੰ ਮਿਲਦੀ ਸ਼ੈ ਉਹਨਾਂ ਦੀ। ਚਿੱਤ ਤਾਂ ਹੁੰਦਾ ਤੁਹਾਡਾ ਪੈਸਾ, ਅਗਲੇ ਪੈਸੇ ਦੇਖਦੇ ਆ ਕਿੱਦਾਂ ਬੋਝੇ ਚ ਕਿੱਦਾਂ ਘਟਾਉਂਦੇ ਨੇ, ਉਦਾਂ ਦੀਆਂ ਗੱਲਾਂ ਕਰਦੇ ਆ ਗੁਰਦੁਆਰੇ ਦੀ, ਜਿਹੜੀਆਂ ਉਹਦੇ ਲੋਕੀ ਬੋਝੇ ਚ ਪੈਸੇ ਕੱਢਣ ਤੇ ਦਾਨ ਕਰਨ ਤੇ ਜੀ ਉਹ ਲੁੱਟੀਏ ਤੇ ਭਗਵੇ ਪਾ ਕੇ ਕੱਪੜੇ ਆ ਜਾਂਦੇ ਨੇ ਤੇ ਹੋਰ ਇੱਦਾਂ ਕਈ ਭੇਸ ਬਣਾ ਕੇ ਆ ਜਾਂਦੇ ਗੁਰਦੁਆਰੇ ਚ। ਜਿਵੇਂ ਉੱਥੇ ਹੋਸਪਿਟਲ ਬਣਾਈ, ਮੈਂ ਉੱਥੇ ਆਹ ਕਰਨਾ ਕਿ ਪੈਸੇ ਦਿਓ ਜੀ, ਤੇ ਪੈਸੇ ਉਕਰਾ ਕੇ ਤੇ ਆਪਣੇ ਬੋਝਿਆਂ ਚ ਪਾਉਂਦੇ, ਐਸਾ ਕਰਦੇ ਨੇ। ਤੇ ਇਹ ਹੈਗਾ ਅੱਜ ਕੱਲ੍ਹ ਇਹਨਾਂ ਦੇ ਕੂੜ ਬੋਲਦੇ ਨੇ। ਕੂੜ ਦੀ ਮਿਸਾਲ ਹੈਗੀ ਆ ਨਵਜੋਤ ਸਿੱਧੂ, ਇਹ ਜੱਟ ਕੌਮ ਹੈਗੀ ਇਹਦੀ, ਸਿੱਧੂ ਜੱਟਾਂ ਦਾ ਕੂੜ ਹੈਗਾ। ਜਦੋਂ ਇਹਨੇ ਉਦਘਾਟਨ ਕੀਤਾ ਨਾ ਆਪਣੇ ਕੋਰੀਡੋਰ ਦਾ, ਉਦੋਂ ਸਿੱਖ ਕੌਮ ਦਾ ਪ੍ਰਚਾਰ ਕਰੀਏ, ਸਿੱਖ ਦੂਜਾ ਪੰਥ ਹੈਗਾ, ਵੇ ਆਫ ਲਾਈਫ। ਸਿੱਖ ਪੰਥ ਵਿੱਚ ਕੋਈ ਵੀ ਦਾਖਲ ਹੋ ਸਕਦਾ ਹੈਗਾ, ਪਰ ਜੱਟ ਕੌਮ ਵਿੱਚ ਉਹੀ ਦਾਖਲ ਹੋਏਗਾ ਜਿਹੜਾ ਜੱਟ ਦਾ, ਜੱਟ ਦੀ ਸੱਟ ਹੋਏਗਾ,
ਜਾਂ ਜੱਟ ਦਾ ਬੀਜ ਹੋਏਗਾ ਤੇ ਉਹ ਆਪਣੀ ਕੌਮ ਬਦਲ ਗਿਆ। ਕੌਮ ਬਦਲ ਨਹੀਂ ਜਾਂਦੀ ਕਿਉਂ ਪੈਦਾ ਹੋਇਆ ਜੱਟ ਦੇ ਘਰ, ਜ਼ਮੀਨ ਜੱਟ ਦੀ ਤੇ ਪਿਓ ਜੱਟ ਤੇ ਬੱਚੇ ਜੱਟ ਦੇ, ਸਭ ਕੁਛ ਮਕਾਨ ਮਕੂਨ ਤੇ ਉਹ ਸਿੱਖ ਕੌਮ। ਸਿੱਖ ਦੇ ਤਾਂ ਹੁੰਦੇ ਗੁਰਦੁਆਰੇ, ਉਹ ਕਹਿ ਗਿਆ ਸਿੱਖ ਕੌਮ। ਉਹਨੂੰ ਕਹਿੰਦੇ ਸ਼ੰਕਰ ਵਰਗੀਆਂ ਹਰਾਮੀ, ਪੱਕਾ ਹਰਾਮੀ। ਇਹ ਲੋਕੀ ਜਿਹੜੇ ਬਣ ਜਾਂਦੇ, ਨਾ ਸ਼ਰਮ ਹੁੰਦੀ ਹੈ ਨਾ ਕੋਈ ਧਰਮ ਹੁੰਦਾ ਹੈਗਾ। ਤੇ ਇਹ ਹੈਗੇ ਪੋਲੀਟੀਸ਼ੀਅਨ ਅੱਜ ਕੱਲ੍ਹ ਤੁਹਾਡੇ ਸਾਰੇ ਦੁਨੀਆਂ 'ਚ ਤਕਰੀਬਨ ਇੱਦਾਂ ਦੇ ਵੀ ਹੈਗੇ ਨੇ, ਝੂਠ ਬੋਲਦੇ ਨੇ। ਜਿੱਥੇ ਜਿੱਥੇ ਆਪਣੇ ਹੈਗਾ ਕਬੀਲੇ ਦਾ ਹੈਗਾ ਨਾ ਆਪਣੇ ਅਸਰ ਹੈਗਾ, ਉੱਥੇ ਲੋਕੀ ਚੈਨ ਨਾਲ ਰਹਿਣਗੇ। ਤੇ ਉੱਥੇ ਜਿਹੜਾ ਹੈਗਾ ਬ੍ਰਹਮਾ ਨੇ, ਇਹ ਬ੍ਰਹਮਾ ਨੇ ਪੈਦਾ ਕੀਤਾ ਨਾ ਬ੍ਰਹਮ ਕੇ ਬੇਟੇ, ਉੱਥੇ ਉਹਦੇ ਬੇਟੇ ਜਿਹੜੇ ਬ੍ਰਹਮ ਜਾਂ ਬ੍ਰਹਮਾ ਤੁਹਾਨੂੰ ਖਾਣ ਨੂੰ ਦਿੰਦਾ, ਉੱਥੇ ਬ੍ਰਹਮਾ ਤੁਹਾਨੂੰ ਖਾਣ ਨੂੰ ਖੂਬ ਦੇਵੇਗਾ, ਭੁੱਖੇ ਨਹੀਂ ਮਾਰੇਗਾ। ਜੇ ਬ੍ਰਹਮਾ ਤੁਹਾਡੀ ਇੰਨੀ ਲੋਕਾਂ ਕਰਦਾ, ਪਾਰਬ੍ਰਹਮ ਕਿੰਨੀ ਕਰੇਗਾ, ਬਹੁਤ ਕਰੇਗਾ। ਇਹ ਸਮਾਂ ਹੈਗਾ ਪਾਰਬ੍ਰਹਮ ਦਾ, ਇਹਦਾ ਹੈਗਾ ਪਵਨ ਆਰੰਭ ਸਤਿਗੁਰ ਮਤ ਵੇਲਾ। ਸ਼ਬਦ ਪਵਨ ਪਵਨ ਹੈਗੀ, ਹੁਣ ਕਿਤਾਬਾਂ ਨੀ ਪੋਥੀਆਂ ਨੀ, ਹੁਣ ਪੋਥੀਆਂ ਦਾ ਸਮਾਂ ਗਿਆ। ਪੋਥੀਆਂ ਮਿਲਕ ਹੁੰਦੀਆਂ, ਦੁੱਧ ਦੁੱਧ ਹੁੰਦਾ ਬੱਚਿਆਂ ਲਈ, ਜਦੋਂ ਵੱਡੇ ਹੋ ਜਾਓ ਸੁਰਤੀ ਵਾਲੇ ਹੋ ਜਾਓ, ਤੁਹਾਨੂੰ ਉਹ ਸੋਚਣ ਦੀ ਵਿਚਾਰ ਕਰਨੀ ਚਾਹੀਦੀ। ਵਿਚਾਰ ਜਦੋਂ ਵਿਚਾਰ ਕਰੋਗੇ ਤਦ ਤੁਹਾਡੀ ਗਿਆਨੀ ਬਣੋਗੇ। ਗਿਆਨੀ ਉਹ ਜੋ ਆਪ ਵਿਚਾਰੇ, ਆਪ ਵਿਚਾਰੋ ਗਿਆਨੀ ਬਣੋਗੇ। ਗਿਆਨ ਫਿਰ ਜਿਹੜਾ ਹੈ ਉਹ ਤੁਹਾਨੂੰ ਨਾਮ ਦਿੰਦਾ ਹੈਗਾ, ਗਿਆਨ ਨਾਲ ਮਿਲਦਾ ਨਾਮ, ਤੇ ਉਹ ਪੜ੍ਹਨ ਨਾਲ ਨਹੀਂ ਮਿਲਦਾ ਕਿਤਾਬਾਂ ਕਿਸ ਬੰਦਾ। ਤੇ ਹੁਣ ਜਿਹੜਾ ਹੈਗਾ ਨਾ ਕੱਲ੍ਹ ਦਾ ਕੀ ਰਿਹਾ, ਇੰਨਾ ਹੈਗਾ ਲੱਗ ਕੇ ਕਿ ਅਗਲੇ ਸਾਲ ਟਾਪਿਕ ਵਾਰ ਲੱਗ ਦਿੱਤਾ ਹੈਗਾ ਹਮੇਸ਼ਾ। ਇਹ ਸਾਰਾ ਬਾਈਬਲ ਵਿੱਚ ਲਿਖਿਆ ਹੋਇਆ। ਜਿਹੜਾ ਬਾਈਬਲ ਵਿੱਚ ਹੈਗਾ ਉਹ ਬੜਾ, ਉਹਦੇ ਜਿਹੜੀ ਦੁਨੀਆਂ ਦੇ ਹੋ ਰਹੇ ਜਿਹੜੀਆਂ ਹੋ ਰਹੀਆਂ ਚੀਜ਼ਾਂ ਉਹਦੇ ਬਾਰੇ ਗਿਆਨ ਹੈਗਾ, ਕਿਉਂ ਇਹ ਜਿਹੜੇ ਹੈਗੇ ਚੋਜ਼ਨ ਪੀਪਲ ਹੈਗੇ, ਇਹ ਖਾਸ ਹੈਗੇ ਨੇ ਨਮੂਨੇ ਦੇ ਆਦਮੀ। ਇਹਨਾਂ ਨੂੰ ਇਹਨਾਂ ਦਾ ਵੱਡਾ ਵਧੇਰਾ ਇਰਾਕ ਨੂੰ ਚੱਕਿਆ ਸੀ ਆਬਰਾਮ, ਉਹਨੂੰ ਉੱਥੇ ਲਿਜਾ ਕੇ ਆਦਮ ਬਣਾਇਆ, ਤੇ ਉਹਦੀ ਵਾਈਫ ਸਾਰਾ ਸੀ ਈਵ, ਉਹਨੂੰ ਪ੍ਰੋਮਿਸ ਲੈਣ ਦਿੱਤੀ ਗਾਰਡਨ ਆਫ ਈਡਨ। ਉਹਦੇ ਰਾਹੀਂ ਫਿਰ ਸਾਰੇ ਸਬਕ ਮੋਰਲ ਟੀਚਰ ਮਿਲਦੇ, ਉਹਨਾਂ ਨੂੰ ਨੇਸ਼ਨ ਆਫ ਪ੍ਰੀਸਟ ਕਹਿੰਦੇ ਨੇ। ਤੇ ਉਹਨਾਂ ਤੋਂ ਤੁਸੀਂ ਪੜ੍ਹੋਗੇ ਬਾਈਬਲ ਨਿਊ ਟੈਸਟਮੈਂਟ, ਤੁਹਾਨੂੰ ਉਹ ਸਮਝ ਆ ਗਿਆ। ਫਿਰ ਜਿਹੜਾ ਆਦ ਗ੍ਰੰਥ ਉਹ ਬਿਲਕੁਲ ਸਮਝ ਆ ਜਾਣਾ ਛੇਤੀ, ਜਿਹਨਾਂ ਨੂੰ ਆਦ ਗ੍ਰੰਥ ਦੀ ਥੋੜ੍ਹੀ ਬਹੁਤੀ ਸਮਝ ਹੈਗੀ, ਉਹਨਾਂ ਨੂੰ ਬਾਈਬਲ ਦੇ ਪੈਰਾਂ ਪਰ ਉਹਨਾਂ ਦੇ ਫਿੰਗਰ ਟਿਪ ਤੇ ਪੈਰ ਨੇ। ਤੇ ਨਾਲੇ ਆਪਣੇ ਵੈਸਟ ਵਿੱਚ ਤੁਸੀਂ ਦੱਸੋ ਜਿੱਥੇ ਉਹਨਾਂ ਦਾ ਸਤਿਕਾਰ ਹੈਗਾ। ਇਸ ਕਰਕੇ ਸਾਊਥ ਇੰਡੀਆ 'ਚ ਇਕੱਲਾ ਸੇਂਟ ਥੋਮਸ ਗਿਆ ਸੀਗਾ, ਤੇ ਉੱਥੇ ਹੋਰ ਕੋਈ ਭਗਤ ਨਹੀਂ ਹੋਇਆ। ਭਗਤ ਉੱਥੇ ਹੋਏ ਨੇ ਜਿੱਥੇ ਲੋਕੀ ਬੇਈਮਾਨ ਸੀਗੇ। ਬਨਾਰਸ ਦੇ ਠੱਗ ਸੁਣਿਆ ਨਾ, ਬਨਾਰਸ ਵਿੱਚ ਹੀ ਜ਼ਿਆਦਾ ਹੋਏ ਨੇ ਭਗਤ, ਤੇ ਬਨਾਰਸ ਵਿੱਚ ਹੀ ਇਹ ਹੁੰਦੀ ਸੀ ਵੇਦ ਵਗੈਰਾ ਪੜ੍ਹਦੇ ਕਾਂਸੀ। ਜਦੋਂ ਸੱਚੇ ਪਾਤਸ਼ਾਹ ਗੁਰਦੇਵ ਸਿੰਘ ਜੀ ਨੇ ਖਾਲਸਾ ਸਜਾਏ ਸੀ, ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ, ਫਿਰ ਇੱਕ ਦਾ ਧੜ ਅਤੇ ਦੂਜੇ ਦਾ ਸਿਰ ਸੀਤਾ ਸੀਗਾ। ਉਹਨਾਂ ਫਿਰ ਅੰਮ੍ਰਿਤ ਨਾਲ ਜੀਵਤ ਕੀਤਾ ਸੀ। ਹੁਣ ਜੀਵਤ ਕਰਕੇ ਉਹਨਾਂ ਨੂੰ ਅੰਮ੍ਰਿਤ ਨਾਲ, ਉਹ ਫਿਰ ਕਿਹੜੇ ਘਰ ਜਾਣਗੇ? ਉਹ ਕਿਸੇ ਦੇ ਘਰ ਨਹੀਂ ਜਾ ਸਕਦੇ, ਨਾ ਸਿਰ ਵਾਲੇ ਦੇ ਘਰ ਨਾ ਧੜ ਵਾਲੇ ਦੇ ਘਰ। ਇਹ ਹੁੰਦੀ ਕੁਰਬਾਨੀ ਮੰਗੀ ਉਹਨੇ, ਇਹ ਨਹੀਂ ਕਿ ਇੱਥੇ ਗੁਰਦੁਆਰੇ 'ਚ ਛਕਾ ਦਿੱਤਾ। ਗੁਰਦੁਆਰਾ ਤਾਂ ਸਿੱਖਾਂ ਦਾ ਘਰ ਹੈਗਾ, ਖਾਲਸੇ ਦਾ ਇੱਥੇ ਕੋਈ ਕੰਮ ਹੀ ਨਹੀਂ ਹੈਗਾ। ਇਹ ਕੋਈ ਜਾਂਦਾ ਜੇ ਖਾਲਸਾ ਕਿਰਪਾ ਪਾ ਕੇ ਛੁਰੀ, ਉਹ ਬੇਅਦਬੀ ਕਰਦਾ ਹੈਗਾ। ਕਿਉਂ ਸਿੱਖ ਦਾ ਨਾ ਕੋਈ ਬੈਰੀ ਨਾ ਹੀ ਬਗਾਨਾ, ਪਰ ਉਹਨਾਂ ਨੇ ਰੱਖੀਆਂ ਉੱਥੇ ਕਿਰਪਾਨਾਂ, ਸਜਾ ਸਜਾ ਕੇ ਬੰਦੂਕਾਂ ਵੀ ਰੱਖੀਆਂ ਨੇ। ਪਿੰਡਰਾਂ ਵਾਲੇ ਕੋਈ ਟੈਰਿਸ ਸੀਗਾ, ਤੇ ਉਹ ਟੈਰਿਸ ਦੇ ਉਹਨੂੰ ਇਹ ਕਿੱਦਾਂ ਪੂਜਦੇ ਨੇ। ਤੇ ਇੱਦਾਂ ਹੀ ਹੈਗਾ ਜਿਹੜਾ ਨਾ ਜਿਹੜੀ ਸਿੱਖੀ ਹੈਗੀ, ਇਹ
ਕੋਟਨ ਮੇਂ ਏਕ ਸਿੱਖ ਹੁੰਦਾ ਹੈਗਾ, ਜਿਹੜਾ ਮੁਸਲਮਾਨ ਹੁੰਦਾ, ਮੁਸਲਮਾਨ ਉਹ ਹੁੰਦਾ ਜਿਹੜਾ ਜਿਹਦੇ ਕੋਲ ਹਿਜਾ ਹੋਵੇ, ਸੱਚ ਬੋਲੇ, ਸੰਤੋਖੀ ਤੇ ਦਇਆਵਾਨ, ਚਾਰ ਚੀਜ਼ਾਂ ਹੋਣ ਤੇ ਮੁਸਲਮਾਨ ਬਣਦਾ। ਇਹਦਾ ਪਹਿਲਾਂ ਤਾਂ ਹੈਗੇ ਸੱਚ ਕਿਤੇ ਆਪਣੇ ਇਹ ਆਪਣੇ ਪਿਓ ਦੇ ਨੀ, ਹਿਜਾ ਇਹਨਾਂ ਕੋਲ ਹੈ ਹੀ ਨਹੀਂ, ਇਹ ਕਾਫਰ ਹੈਗੇ ਸਾਰੇ, 99% ਕਾਫੀ ਹੈਗੇ। ਇਹ ਜਿਹੜਾ ਹੈਗਾ ਮਜ਼ਮੂਨ ਮਤਲਬ ਦਾ ਬੜਾ ਸੌਖਾ ਹੈਗਾ, ਇਹ ਜੇ ਕੋਈ ਔਖਿਆਈ ਹੈ ਨਹੀਂ ਗੀ। ਮੈਂ ਦੋ ਕਿਤਾਬਾਂ ਲਿਖੀਆਂ ਨੇ, ਇੱਕ ਪੰਜਾਬੀ 'ਚ ਅਤੇ ਇੱਕ ਅੰਗਰੇਜ਼ੀ 'ਚ, ਉਹ ਮੇਰੀ ਡਿਸਕ੍ਰਿਪਸ਼ਨ ਦੇ ਥੱਲੇ ਤੁਹਾਨੂੰ ਮਿਲ ਜਾਏਗਾ ਲਿੰਕ, ਉਹ ਪੜ੍ਹੋ ਅਤੇ ਉੱਥੋਂ ਤੁਹਾਨੂੰ ਗਿਆਨ ਹੋ ਜਾਏਗਾ। ਬਾਕੀ ਹੈਗਾ ਉਹ ਰਿਵਾਈਜ਼ ਕਰਨ ਵਾਲੀਆਂ ਹੈਗੀਆਂ, ਥੋੜ੍ਹੀ ਜਿਹੀ ਗਲਤੀ ਹੈਗੀ, ਖਾਸ ਨਹੀਂ ਹੈਗੀ ਆ। ਅਤੇ ਜੇ ਕੋਈ ਮਦਦ ਕਰੇ ਨਾਲ, ਹੱਥ ਮਰਾਇਆ ਰਿਵਾਈਜ਼ ਕਰ ਲਈਏ ਅਤੇ ਨਾਲ ਜੇ ਸਿੱਖ ਜਾਊਗਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਏਗਾ, ਸਵਾਲ ਜਵਾਬ ਕਰੇਗਾ, ਉਹਨੂੰ ਮੈਂ ਸਾਰੇ ਦੱਸਾਂਗਾ। ਅਤੇ ਅੱਗੇ ਤੁਹਾਡੀ ਮਰਜ਼ੀ, ਅੱਗੇ ਸਮਾਂ ਜਿਹੜਾ ਹੈਗਾ ਥੋੜ੍ਹਾ ਹੀ ਹੈਗਾ, ਇਸ ਦਸੰਬਰ ਵਿੱਚ ਨਵੰਬਰ ਵਿੱਚ ਨਾ ਇਹ ਜਿਹੜੀ ਆਹ ਲੜਾਈ ਰਸ਼ੀਆ ਦੇ ਯੂਕਰੇਨ ਦੀ ਹੈਗੀ, ਇਹ ਬਹੁਤ ਵੱਧ ਜਾਂਦੀ ਹੈਗੀ। 6 ਮਹੀਨੇ ਪਹਿਲਾਂ 14 ਮਈ 2023 'ਚ ਐਟੋਮਿਕ ਵਾਰ ਲੱਗੇਗੀ, ਉਸ ਤੋਂ 6 ਮਹੀਨੇ ਪਹਿਲਾਂ ਇਹ ਜੰਗ ਜਿਹੜੀ ਹੋਗੀ, ਜਿਹੜੀ ਚੱਲਦੀ ਟੈਂਕਾਂ ਟੂਕਾਂ ਦੀ, ਇਹ ਬਹੁਤ ਚੱਲੇਗੀ। ਐਟੋਮਿਕ ਵਾਰ ਉਦੋਂ ਲੱਗੇਗੀ 14 ਮਈ 2023 'ਚ, ਜਦੋਂ ਜਿਹੜੇ ਮੁਲਕਾਂ 'ਚ ਲੋਕ ਆਪਣੀ ਕੌਮ ਭੁੱਲ ਗਏ ਨੇ, ਉਹਨਾਂ ਨੂੰ ਪਤਾ ਨਹੀਂ ਵੀ ਕਿਹੜੀ ਕੌਮ ਦੇ ਹੈਗੀ ਆ, ਉਹ ਮਾਰੇ ਜਾਣਗੇ। ਰਸ਼ੀਆ ਜਿਹੜੇ ਹੈਗੇ ਨੇ ਤਾਜਿਕਸਤਾਨ, ਤਾਜਿਕ ਕੌਮ ਦੇ, ਉਸ ਵਕਤ ਉਹ ਸਾਰੇ ਹੀ ਆਪਣੀਆਂ ਕੌਮਾਂ ਜਾਣਦੇ ਨੇ ਅਤੇ ਕੌਮਾਂ ਨਾਲ ਉਹ ਕਹਿੰਦੇ ਨੇ, ਉਹ ਜਿਹੜੇ ਕੌਮਾਂ ਦੇ ਲੋਕ ਹੈ ਉਹਨਾਂ ਨੂੰ ਇਜਾਜ਼ਤ ਹੈਗੀ ਜ਼ਮੀਨ 'ਤੇ ਰਹਿਣ ਵਾਲੀ, ਉਹ ਬੰਦੇ ਦੇ ਪੁੱਤਰ ਹੈਗੇ ਨੇ। ਜਿਹੜੇ ਸ਼ੈਤਾਨ ਹੈਗੇ, ਜਿਹੜਾ ਕੋਈ ਕਾਂਗਰਸ ਹੋਇਆ, ਕੋਈ ਕਮਿਊਨਿਸਟ ਹੋਇਆ, ਕੋਈ ਲੇਬਰ ਹੋਇਆ, ਕੰਜ਼ਰਵੇਟਿਵ ਹੋਇਆ, ਇਹ ਕੋਈ ਕੌਮਾਂ ਨਹੀਂ ਹੈਗੀਆਂ, ਇਹ ਸਾਰੇ ਮਾਰੇ ਜਾਣਗੇ। ਅਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪ ਸੋਚਣੀਆਂ ਪੈਣੀਆਂ, ਗਿਆਨੀ ਉਹ ਜੋ ਆਪ ਵਿਚਾਰੇ। ਅਤੇ ਆਹ ਜਿੱਦਾਂ ਦਾ ਟੇਬਲ ਹੈਗਾ, ਇੱਥੇ ਹੈਗਾ ਆਦਮ, ਆਦਮ ਦੇ ਥੱਲੇ ਨਸਲਾਂ, ਨਸਲਾਂ ਦੇ ਥੱਲੇ ਕੌਮਾਂ, ਇਹਨਾਂ ਦੀ ਹੈਗੀ, ਇਹ ਰਹਿ ਸਕਦੀਆਂ ਦੁਨੀਆਂ 'ਚ। ਜੇ ਤੁਸੀਂ ਇੱਥੇ ਵਿੱਚ ਜੂ ਪਾ ਦਿਓ ਨਾ, ਜਾਂ ਹਿੰਦੂ ਸਿੱਖ ਜਾਂ ਮੁਸਲਮਾਨ ਪਾ ਦਿਓ, ਇੱਥੇ ਤੁਹਾਡਾ ਆਦਮ ਨਾਲ ਤੁਹਾਡੇ ਘੁੱਟ ਜਾਂਦਾ ਹੈਗਾ, ਫਿਰ ਤੁਸੀਂ ਸ਼ੈਤਾਨ ਦੇ ਪੁੱਤਰ ਬਣ ਜਾਂਦੇ। ਉਹਨਾਂ ਨੇ ਮਰਨਾ ਹੈ, ਜਿਹੜੇ ਹਿੰਦੂ ਸਿੱਖ ਅਤੇ ਮੁਸਲਮਾਨ ਕਲਾਉਂਦੇ ਨੇ, ਇਹ ਮਰਨਗੇ, ਕਿਉਂ ਇਹ ਨਕਲੀ ਹੈਗੇ ਨੇ, ਅਸਲ ਨਹੀਂ ਹੈਗੇ, ਇਹ ਮਜ਼ਹਬੀ ਰੂਪ ਹੈਗਾ, ਸਪਿਰਚੁਅਲ ਰੂਹਾਨੀ, ਇਹ ਆਦਿ ਜਿਸਮ ਨਹੀਂ ਹੈਗਾ। ਹਿੰਦੂ ਨਾ ਜੰਮਿਆ ਨਾ ਮਰਿਆ, ਨਾ ਸਿੱਖ ਜੰਮਿਆ ਨਾ ਸਿੱਖ ਮਰਿਆ, 1984 'ਚ ਇੱਕ ਵੀ ਨਹੀਂ ਸਿੱਖ ਮਰਿਆ। ਗੁਰਦੁਆਰੇ 'ਚ ਕਹਿ ਕੇ ਦੇਖ ਲਓ ਵੀ 1984 ਇੱਕ ਵੀ ਸਿੱਖ ਮਰਿਆ, ਅਤੇ ਦੇਖੋ ਕਿੱਦਾਂ ਤੁਹਾਡੇ ਪੈਂਦੇ ਗਲੇ ਨੂੰ, ਤੂੰ ਕਿੱਦਾਂ ਕਹਿੰਦਾ ਸਿੱਖ ਨਹੀਂ ਮਰਿਆ। ਪੁਰਾਣੀ ਅਖਬਾਰ ਕਹਿੰਦੀ, ਪੁਰਾਣੀ ਅਖਬਾਰ ਕਹਿੰਦੀ, ਉਹ ਮਨ ਦੇ ਅੰਨੇ ਹੈਗੇ ਨੇ। ਜਿਹੜਾ ਗਿਆਨੀ ਹੁੰਦਾ ਉਹਦੇ ਅੰਦਰ ਬੈਠਾ ਹੈਗਾ ਪਾਰ ਬ੍ਰਹਮ, ਉਹੀ ਗੱਲ ਕਰੇਗੀ ਜਿਹੜੀ ਪਾਰ ਬ੍ਰਹਮ ਨੂੰ ਭਾਉਂਦੀ ਹੈਗੀ। ਉਹਨੇ ਪਾਰ ਬ੍ਰਹਮ ਦੇ ਕੋਲੋਂ ਸਿੱਖਿਆ ਸਾਰਾ ਕੁਛ, ਉਹਨਾਂ ਨੇ ਕਿਤਾਬਾਂ 'ਚ ਸਿੱਖਿਆ ਹੈਗਾ। ਜਿਹਨਾਂ ਕਿਤਾਬਾਂ 'ਚ ਸਿੱਖਿਆ ਉਹ ਫਿਰ ਲੜਦੇ ਨੇ ਆਪਸ ਵਿੱਚ, ਹੂ ਹੂ ਹੂ। ਇਸੇ ਕਰਕੇ ਜਿਹੜਾ ਸਤਿਗੁਰੂ ਜੀਜੇ ਸੀ, ਉਹਨੇ ਮਨਾ ਕੀਤਾ ਬਾਈਬਲ, ਉਹ ਕਹਿੰਦਾ ਵੀ ਜਿਹੜਾ ਬਾਈਬਲ ਦੇ ਖਤਮ ਹੋ ਜਾਂਦੀ ਸੀ ਜੌਨ ਦੀ ਬਾਪਟਿਸਟ ਆਈ, ਲੂਕ 16:16, ਲਾਅ ਐਂਡ ਪ੍ਰੋਫਿਟ ਵਰਟਿਵ ਜੌਨ ਦੀ ਬਾਪਟਿਸਟ, ਉਹਦੇ ਤੋਂ ਬਾਅਦ ਉਹ ਲਾਅ ਐਂਡ ਪ੍ਰੋਫਿਟ ਹੇਤੇ ਸਤਿਗੁਰੂ ਮਤ ਮੇਲਾ ਸ਼ੁਰੂ ਹੋ ਜਾਂਦਾ ਹੈਗਾ। ਉਹਦੇ 'ਚ ਤੁਸੀਂ ਪਵਨ ਆਰਾਮ ਹੈਗਾ, ਉਹਦੇ ਤੁਸੀਂ ਸੁਰਤੀ ਨਾਲ ਸੋਚਣਾ ਹੈਗਾ ਗਿਆਨ ਦਾ, ਅਤੇ ਜਿਹੜਾ ਨਾਮ ਹੈਗਾ ਉਹਨੂੰ ਲੋਗੋ ਕਹਿੰਦੇ। ਉਹ ਲੋਗੋ ਜਿਹੜਾ ਹੁੰਦਾ ਐਂਡ ਪ੍ਰੋਡਕਟ ਆਫ ਲੋਜੀਕਲ ਰੀਜਨਿੰਗ ਹੈਗਾ। ਗੁਰ ਹੁੰਦਾ ਨਾ ਗੁਰ, ਗੁਰ ਹੁੰਦਾ ਢੰਗ ਤਰੀਕਾ, ਆਹ ਸਵਾਲ ਕਰਨ ਦਾ ਗੁਰ ਕੀ ਹੈਗਾ, ਗੁਰ ਦਾ ਮਤਲਬ ਗੁਰੂ ਨਹੀਂ ਹੈਗਾ, ਅਤੇ ਉਹ ਗੁਰ ਪਤਾ ਲੱਗਦਾ ਸਵਾਲ ਨਿਕਲ ਆਉਂਦਾ। ਇਸੇ ਤਰ੍ਹਾਂ ਇਸ ਗਿਆਨ ਦਾ ਵੀ ਗੁਰ ਹੈਗਾ, ਉਹ ਜਿਹੜਾ ਪਹਿਲਾਂ ਹੈ ਨਾ ਆਪਣੀ ਪੌੜੀ ਜਪਜੀ ਸਾਹਿਬ ਦੀ, ਉਹਦੇ 'ਚ ਉਹ ਗੁਰ ਦਿੱਤਾ ਹੋਇਆ ਸਾਰਾ, ਜਿਹਨੂੰ ਉਹ ਸਮਝ ਆ ਗਈ ਉਹਨੂੰ ਗੁਰ ਸਮਝ ਆ ਜਾਏ ਉਹਨੂੰ ਇਹ ਸਾਰਾ ਪਤਾ ਲੱਗੇਗਾ ਨਾਮ ਦਾ। ਸੋਚਿਆ ਸੋਚਣਾ ਵੀ ਜੇ ਸੋਚੇ ਲਖਵਾਰ, ਇਹ ਉਹਨਾਂ ਲਈ ਜਿਹੜੇ ਅਕੀਚ ਹੈਗੇ ਨੇ,
ਜਿਹਨਾਂ ਨੂੰ ਸੁਰਤੀ ਹੈ ਨੀਗੀ ਤੇ ਉਹਨਾਂ ਨੂੰ ਉਹ ਆਪਣੀ ਜਾਤਾਂ ਕਰਦੇ ਵੀ ਮੈਂ ਚੂੜਾ ਹੈਗਾ, ਮੈਂ ਚਮਾਰ ਹੈ, ਕੁੱਕੇ ਦਾ ਜੱਟ ਹੈਗਾ ਕਿ ਤਰਖਾਣ ਲੁਹਾਰ, ਉਹ ਹੋਮੇ ਵਿੱਚ ਉਹ ਮਰਦੇ ਨੇ। ਜਿਹੜਾ ਆਪਣੇ ਹੋਮੇ ਮਾਰ ਗਿਆ ਨਾ, ਜਿੱਦਾਂ ਬੀਜ ਹੁੰਦਾ, ਬੀਜ ਬੀਜੀਏ ਜ਼ਮੀਨ ਵਿੱਚ ਤਾਂ ਉੱਥੇ ਫਿਰ ਪੌਦਾ ਨਿਕਲਦਾ, ਇੱਦਾਂ ਹੋਮੇ ਮਾਰਨੀ ਜਿੱਦਾਂ ਬੀਜ ਨੂੰ ਨਾਸ ਕਰੀਦਾ ਹੈਗਾ ਤੇ ਆਪਣੇ ਪੌਦਾ ਜਿਹੜਾ ਉਹ ਆਪਣੇ ਉਹ ਪੌਦੇ ਤੋਂ ਪਛਾਣ ਹੁੰਦੀ ਵੀ ਇਹ ਕਣਕ ਦਾ ਪੌਦਾ ਹੈਗਾ, ਠੀਕ ਹੈ ਨਾ। ਇੱਦਾਂ ਪਛਾਣ ਹੋਣੀ ਚਾਹੀਦੀ ਆਦਮੀ ਨੇ, ਇਹਨੂੰ ਕਹਿੰਦੇ ਇੰਪਲੀਸਿਟ, ਤੇ ਜਿਹੜਾ ਐਕਸਪਲੀਸਿਟ ਉਹ ਰੂਹਾਨੀ, ਉਹ ਰਾਮ ਰਾਜੇ ਚ ਵੜਦਾ ਆਦਮੀ, ਉੱਥੇ ਜਾਤ ਪਾਤ ਨਹੀਂ ਕੁਛ ਵੀ ਹੁੰਦੀ, ਜਾਤ ਪਾਤ ਥੱਲੇ ਰਹਿ ਜਾਂਦੀ ਹੈਗੀ, ਉੱਥੇ ਹੈਗਾ ਸਹਿਜਾਤ ਸਹਿ ਪਾਤ ਜਿਹੋ ਜਿਹਾ ਕਰਮ ਕਮਾਉਂਦੇ, ਉੱਥੇ ਜਾਤ ਨਾਲ ਹੀ ਕਰਮਾਂ ਨਾਲ ਹੈਗੀ, ਜਨਮ ਨਾਲ ਨਹੀਂ ਹੈਗੀ। ਹੋਏਗਾ ਨਾ ਇੱਥੇ ਜਾਤ ਜਿਹੜੀ ਤੁਹਾਡੀ, ਕੋਈ ਜੱਟ, ਕੋਈ ਝੂੜਾ, ਕੋਈ ਛਮਾਰ, ਕੋਈ ਤਰਖਾਣ, ਕੋਈ ਲੁਹਾਰ, ਕੋਈ ਖੱਤਰੀ, ਤੇ ਇਹ ਜਿਹੜੀ ਜਾਤ ਹੈਗੀ ਇੱਥੇ ਬੀਜ ਇਹਦਾ ਬੀਜਣਾ ਹੈਗਾ ਇੱਥੇ, ਫਿਰ ਇਹਦੇ ਭੀੜੀ ਗੜੀ ਚੋਂ ਨਿਕ ਵੜਨਾ ਹੈਗਾ ਅੰਦਰ। ਭੀੜੀ ਗੜੀ ਹੈਗੀ ਵੀ ਆਪਣਾ ਆਪ ਤੁਸੀਂ ਸੋਚਣਾ ਹੈਗਾ, ਆਪ ਬਣਨਾ, ਕਿਸੇ ਪੁੱਛਣਾ ਨਹੀਂ ਹੈਗਾ। ਤੇ ਇੱਥੇ ਜਿਹੜਾ ਹੈਗਾ ਏਕ ਪਿਤਾ ਹਮ ਬਾਰੇ ਕੁਛ ਕੇ, ਇੱਥੇ ਹੈਗੀ ਜਾਤ ਪਾਤ ਨਹੀਂ ਕੋਈ ਵੀ ਹੁੰਦੀ, ਇੱਥੇ ਹੁੰਦੀ ਹੈਗੀ, ਇਹ ਦੁਨੀਆਂ 'ਚ ਹੁੰਦੀ ਹੈਗੀ, ਇਸ ਦੁਨੀਆਂ 'ਚ ਨਹੀਂ ਹੁੰਦੀ। ਅਤੇ ਇਸ ਕਰਕੇ ਜਾਤ ਪਾਤ ਨਾਲ ਬ੍ਰਹਮ ਕਾ ਬੇਟਾ ਬਣਦਾ ਹੈਗਾ, ਬ੍ਰਹਮ ਕੇ ਬੇਟੇ ਸ਼ਬਦ ਪਛਾਤਾ। ਅਤੇ ਇਹ ਜਾਤ ਜਿਹੜੀ ਹੈਗੀ ਇਹੋ ਬੀਜ ਹੈਗਾ, ਇਹ ਬੀਜਣਾ ਹੈਗਾ, ਬੀਜ ਕੇ ਫਿਰ ਇਹਦੇ ਜਿਹੜਾ ਪੌਦਾ ਨਿਕਲੂਗਾ ਉਹ ਫਲ ਲਿਆਵੇਗਾ। ਅਤੇ ਇੱਥੇ ਹੈਗਾ ਇਹ ਪਿਤਾ ਬਾਰੇ ਕੁਛ ਕੇ, ਇੱਥੇ ਇਹ ਰਾਮ ਰਾਜੇ ਹੈਗਾ, ਅਤੇ ਇੱਥੇ ਫਿਰ ਤੁਸੀਂ ਤੁਹਾਨੂੰ ਮੁਕਤੀ ਮਿਲਦੀ ਹੈਗੀ, ਇੱਥੇ ਤੁਸੀਂ ਖਾਲਸ ਹੋ ਜਾਂਦੇ, ਖਾਲਸ ਨਿਰਮਲੇ, ਨਿਰਮਲੇ ਦੀ ਸੱਤ ਜਿਹੜੀਆਂ ਰਸਮਾਂ ਇੱਥੇ ਆਉਂਦੀਆਂ ਨੇ, ਮਨੋਰਾ ਇਹਨਾਂ ਦੇ ਜੂਆਂ ਦਾ ਸੱਤ ਰਸਮਾਂ ਇੱਥੇ, ਅਤੇ ਪੰਜ ਇੱਥੇ ਹੈਗੀਆਂ, ਕਾਮ ਖੋਹ ਲੋਭ ਓਹਕਾਰ। ਇੱਥੇ ਦਿਲ ਸਾਫ਼ ਹੁੰਦਾ ਹੈਗਾ, ਇੱਥੇ ਤਨ ਸਾਫ਼ ਹੁੰਦਾ ਹੈਗਾ, ਤਨ ਅਤੇ ਮਨ ਸਾਫ਼ ਹੁੰਦਾ ਫਿਰ ਖਾਲਸ ਹੋ ਜਾਂਦਾ ਆਦਮੀ। ਇਹ ਬਹੁਤ ਸੌਖਾ ਹੈਗਾ, ਪਰ ਕੋਈ ਇਸ ਨੂੰ ਲਾਉਂਦਾ, ਸਾਰੇ ਪੈਸੇ ਕਮਾਉਣ ਵਿੱਚ ਲੱਗੇ ਵੀ ਮਾਇਆ ਇਕੱਠੀ ਕਰ ਲਈਏ, ਅਤੇ ਸੁਰਤੀ ਦਿੰਦਾ ਪਾਰ ਪ੍ਰਾਂਤ ਮਿਲਦੀ ਸੁਰਤੀ, ਉਹੀ ਸੁਰਤੀ ਤੁਸੀਂ ਮਾਇਆ ਇਕੱਠੀ ਕਰਨ ਚਲਾ ਜਾਓ ਜਾਂ ਉਹਦੇ ਨਾਮ ਜਪਣੇ ਚਲਾ। ਉਹ ਭਗਤ ਕਬੀਰ ਜੀ ਕਹਿੰਦੇ ਮਨ ਤੋਂ ਏਕ ਹੈ, ਚਾਹੇ ਤੂੰ ਉਹਦੇ ਨਾਮ ਜਪ, ਚਾਹੇ ਤੂੰ ਵਿਸ਼ੇ ਕਮਾ, ਵਿਸ਼ੇ ਮੈਂ ਨਾ ਦੁਨੀਆ ਤੰਬਾਕੂ ਦਮੋਕੂ ਏਦਾਂ ਦੀਆਂ ਖੂਬ ਤੂੰ ਐਸ਼ਾ ਕਰ, ਅਤੇ ਜਾਂ ਤੂੰ ਫਿਰ ਨਾਮ ਜਪ ਪਾਰ ਬ੍ਰਹਮ ਦਾ, ਅਪ ਟੂ ਯੂ। ਅਤੇ ਇਹ ਹੈਗਾ ਆਪਣੇ ਮੇਰਾ ਪ੍ਰਚਾਰ, ਬਾਕੀ ਕਿਸੇ ਨੇ ਜੇ ਮਦਦ ਕਰਨੀ ਕਿ ਕਿਤਾਬਾਂ ਜੀ, ਅਤੇ ਉਹ ਵੀ ਸਿੱਖੇਗਾ ਅਤੇ ਮੈਂ ਵੀ ਸਿੱਖਾਂਗਾ, ਅਤੇ ਇੱਕ ਦੂਜੇ ਨੂੰ ਇੱਦਾਂ ਟੋਖਿਆਂ ਪਤਾ ਲੱਗਦਾ, ਪ੍ਰਚਾਰ ਹੁੰਦਾ ਹੈਗਾ ਗਿਆਨੀ, ਉਹ ਜੋ ਆਪ ਵਿਚਾਰੇ ਆਪ ਲੋਕ ਫਿਰ ਹੀ ਥੋੜ੍ਹਾ ਜਿਹਾ ਗਲਤੀ ਕਰ ਜਾਂਦੇ, ਦੂਜਾ ਜਿਹੜਾ ਹੈਗਾ ਸੋਚਣ ਨਾਲ ਉਹ ਫਿਰ ਟੋਕੇਗਾ, ਅਤੇ ਤੁਹਾਨੂੰ ਫਿਰ ਸੋਚਣ ਦੀ ਮਿਲੇਗੀ ਸ਼ਕਤੀ ਵੀ ਸੋਚਾਂ ਮੈਂ ਠੀਕ ਕਹਿੰਦਾ ਕਿ ਗਲਤ ਕਹਿੰਦਾ ਗਾ। ਸੇਂਟ ਪੌਲ ਕਹਿੰਦਾ ਲਿਸਨ ਟੂ ਐਵਰੀ ਵਨ ਐਂਡ ਬਟ ਦਾ ਮੇਨ ਹੋਲੀ ਸਪਿਰਿਟ, ਹੋਲੀ ਸਪਿਰਿਟ ਇਜ਼ ਕਾਮਨ ਸੈਂਸ, ਸੁਰਤੀ ਸੁਰਤੀ ਨਾਲ ਉਹਨੂੰ ਕਰੋ। ਜਿੱਦਾਂ ਹੁਣ ਕਹਿੰਦੇ ਨਾ 1984 'ਚ ਇੰਨੇ ਸਿੱਖ ਮਰ ਗਏ ਜੀ, ਉਸ ਲੋਕਾਂ ਨੇ ਕਿਹਾ ਹੈਗਾ ਤੁਸੀਂ ਫਿਰ ਸੁਰਤੀ ਨਾਲ ਸੋਚੋਗੇ, ਉਹ ਜਿਹੜਾ ਜੰਮਿਆ ਸੀ ਉਹਦਾ ਸੀ ਜੱਟ ਜੰਮਿਆ ਜੀ, ਕੋਈ ਤਰਖਾਣ, ਕੋਈ ਲੁਹਾਰ, ਕੋਈ ਖੱਤਰੀ, ਉਹ ਸਿੱਖ ਤਾਂ ਨਹੀਂ ਜੰਮਿਆ ਨਾ, ਫਿਰ ਮਰੇਗਾ ਵੀ ਉਹੀ ਨਾ। ਇਸ ਕਰਕੇ ਉੱਥੇ ਖੱਤਰੀ, ਅਰੋੜੇ ਅਤੇ ਜੱਟ, ਤਰਖਾਣ ਵਗੈਰਾ ਇਹ ਮਰੇ ਸੀਗੇ 1984 'ਚ। ਇਹਨਾਂ ਨੂੰ ਕੂੜ ਡੋਬੇ ਕੂੜ, ਉਹਨਾਂ ਨੂੰ ਕੂੜ ਦੇ ਪਿੱਛੇ ਲਾਇਆ ਜੀ। ਭਿੰਡਰਾ ਵਾਲਾ ਟੈਰਰਿਸਟ ਸੀਗਾ ਉਹ, ਨਾ ਉਹ ਸਿੱਖ ਸੀਗਾ ਨਾ ਉਹ ਖਾਲਸਾ ਸੀਗਾ। ਇੱਦਾਂ ਦੇ ਲੋਕ ਜਿਹੜੇ ਹੈ, ਜਿਹੜਾ ਅਕਾਲ ਤਖ਼ਤ ਹੈਗਾ ਇਹ ਨਿਮਲੇ ਸੰਤਾਂ ਦਾ ਹੈਗਾ, ਉਹਨਾਂ ਦੇ ਰਹਿਸ਼ ਵੀ ਹੈਗਾ। ਇਹ ਬਾਂਦਰ ਉੱਥੇ ਬਨਾਰ ਦੀਆਂ ਟੋਪੀਆਂ ਪਾ ਕੇ ਬੈਠੇ ਹੁੰਦੇ ਨੇ ਕਿਰਪਾਨਾਂ ਪਿੱਛੇ, ਕਿਰਪਾਨ ਉੱਥੇ ਲਿਜਾਣ ਦੀ ਇਜਾਜ਼ਤ ਨਹੀਂ ਹੈਗੀ ਹਰਿਮੰਦਰ ਸਾਹਿਬ, ਕਿ ਉਹ ਉੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਆਪ ਨਹੀਂ ਆਏ, ਹਰਗੋਬਿੰਦ ਜੀ ਨੇ ਉੱਥੇ ਕੀਤਾ ਸੀਗਾ ਉਹਦਾ, ਅਤੇ ਉਹਨਾਂ ਨੇ ਫਿਰ ਟ੍ਰਾਂਜੀਸ਼ਨ
ਸਿੱਖ ਤੋਂ ਦੂਜੇ ਪਾਸੋਂ ਤੀਜੇ ਪਾਸੇ ਲਿਜਾਣ ਲਈ, ਟਰਾਂਜੀਸ਼ਨ ਲਈ। ਜਦੋਂ ਤੀਜਾ ਪੰਥ ਸੱਚ ਗਿਆ ਨਾ, ਉਹਨੇ ਸੱਚੇ ਪਾਤਸ਼ਾਹ ਸਜਾ ਦਿੱਤਾ, ਫਿਰ ਉੱਥੇ ਨਹੀਂ ਲੋੜ ਹੈਗੀ ਆਉਣ ਦੀ। ਬਹੁਤ ਸਾਰੀਆਂ ਬੜੀਆਂ ਸਾਰੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਕਿਤਾਬਾਂ 'ਚ ਨਹੀਂ ਮਿਲਣਗੀਆਂ, ਸਾਰੀਆਂ ਇੱਥੇ ਹੈਗੀਆਂ। ਜੇ ਕੋਈ ਬੋਲਦਾ ਹੈਗਾ ਉਹਦਾ ਸੁਣੋ, ਸੁਣ ਕੇ ਉਹਦਾ ਦਿਲ 'ਤੇ ਲੈ ਕੇ ਜਾ ਕੇ ਉੱਥੇ ਉਹਦਾ ਸੋਚੋ, ਨਿਚੋੜ ਕੱਢੋ ਲੋਜੀਕਲੀ। ਗੁਰ ਨਾਲ, ਗੁਰ ਹੈਗਾ ਲੋਜਿਕ, ਗੁਰੂ ਨਹੀਂ ਹੈਗਾ ਉਹਦਾ ਮਤਲਬ। ਗੁਰ ਹੁੰਦਾ ਤਰੀਕਾ, ਇਹਦਾ ਆਹ ਫਾਰਮੂਲਾ, ਇਹਦਾ ਗੁਰ ਕੀ ਹੈਗਾ। ਗੁਰ ਪਤਾ ਹੋਵੇ ਤਾਂ ਉਹ ਸਵਾਲ ਨਿਕਲ ਆਉਂਦਾ। ਇਸ ਲਈ ਉਹਦਾ ਗੁਰ ਜਿਹੜਾ ਪਰਬ੍ਰਹਮ ਦਾ ਹੈਗਾ, ਸੱਤ ਦਾ ਗੁਰ, ਉਹ ਸਮਝੋ ਪਹਿਲਾਂ, ਉਹ ਪਹਿਲੀ ਪੌੜੀ 'ਚ ਹੈਗਾ। ਓਵੇਂ ਮਨ ਬੁੱਧੀ ਦੇ ਚਿੱਤ ਬਿਰਤੀਆਂ ਦੇ ਬਾਰੇ ਉੱਥੇ ਦਿੱਤਾ ਸਾਰਾ ਕੁਝ। ਇਹੋ ਹੀ ਸਾਰੀ ਬਾਣੀ ਹੈਗੀ ਇਹਨਾਂ ਦੇ ਦੁਆਰੇ, ਓਵੇਂ ਮਨ ਬੁੱਧੀ ਚਿੱਤ। ਅਤੇ ਇਹ ਸੋਚੋ ਅਤੇ ਅੱਗੇ ਤੁਹਾਡੀ ਮਰਜ਼ੀ। ਕੋਟਰ ਮੇਖ ਹੁੰਦਾ ਸਿੱਖ, ਕੋਟਾ ਵਿੱਚ ਵਨ ਇਨ ਏ ਮਿਲੀਅਨ। ਅਤੇ ਉਹਦੇ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਇਹਦੇ 'ਚ ਇੰਟਰਸਟ ਨਹੀਂ ਹੈਗਾ, ਪਰ ਇਹੋ ਹੀ ਹੈਗਾ ਜਿਹੜਾ ਨਾ ਕੂੜ ਦਾ ਜਿਹੜਾ ਨਾ ਉਹਨੂੰ ਕੂੜ ਨੂੰ ਰੋਕਣ ਵਾਲਾ ਉਹ ਪਾਰਬ੍ਰਹਮ ਦੀ ਬਾਣੀ ਹੈਗੀ, ਸੱਤ ਹੈਗਾ। ਜੇ ਤੁਹਾਡੇ ਕੋਲ ਸੱਤ ਹੈਗਾ ਤਾਂ ਰੁਕੂਗਾ। ਜਿੱਦਾਂ 1947 ਵਿੱਚ ਮੇਰੇ ਫਾਦਰ ਹੋਰਾਂ ਨੂੰ ਇਲਮ ਸੀਗਾ ਇਹ ਸਾਰਾ, ਉਹ ਸਕੂਲਾਂ ਦੇ ਇੰਸਪੈਕਟਰ ਹੁੰਦੇ ਸੀਗੇ, ਨਾ ਰਿਸ਼ਵਤ ਲੈਣੀ ਨਾ ਦੇਣੀ। ਅਤੇ ਉਹ ਜਿਹੜੇ ਉਹਨਾਂ ਦੇ ਅਫਸਰ ਸੀਗੇ ਉਹ ਬੜੇ ਨਾਰਾਜ਼ ਸੀਗੇ ਵੀ ਇਹ ਸਾਨੂੰ ਕੋਈ ਪੈਸੇ ਨਹੀਂ ਦਿੰਦਾ, ਕੋਈ ਚੜਾਵਾ ਨਹੀਂ, ਕੋਈ ਮਿਹਨਤ ਨਹੀਂ ਕਰਦਾ, ਕੁਛ ਨਹੀਂ ਕਰਦਾ। ਉਹਨਾਂ ਨੇ ਆਪਣਾ ਕੰਮ ਕਰਨਾ ਅਤੇ ਬਸ। ਅਤੇ ਉਹਨਾਂ ਨੂੰ ਡਿਮੋਟ ਕਰਦਾ ਤਾਂ 1940 ਦੇ ਕਰੀਬ, ਉਦੋਂ ਇਹ ਰੌਲੇ ਵੀ ਸ਼ੁਰੂ ਹੋ ਗਏ ਸੀਗੇ ਥੋੜ੍ਹੇ ਬਹੁਤ। ਅਤੇ ਉਹ ਚੰਗਾ ਕੀਤਾ ਰੱਬ ਨੇ ਕਿ ਉਹ ਉੱਥੋਂ ਮਿੰਟ ਗੁਬਲੀ ਉਹ ਸੀਗੇ ਸਾਹਿਵਾਲ, ਉੱਥੇ ਸਕੂਲ ਵਿੱਚੋਂ ਸੀਗੇ ਟੀਚਰ ਲਾ ਦਿੱਤਾ। ਅਤੇ ਉਹਨਾਂ ਨੂੰ ਗੁੱਸਾ ਤਾਂ ਬੜਾ ਸੀਗਾ ਵੀ ਮੈਂ ਡਿਮੋਟ ਕਿਉਂ ਕੀਤਾ ਪਹਿਲਾਂ, ਵੀ ਮੈਂ ਕੋਈ ਬੁਰਾ ਕੰਮ ਨਹੀਂ ਕੋਈ ਕੀਤਾ, ਕੋਈ ਖਾਧੀ ਰਿਸ਼ਵਤ ਨਹੀਂ, ਕੁਛ ਨਹੀਂ ਕੀਤਾ। ਅਤੇ ਪਰ ਉਹ ਇੱਕ ਰਾਈ ਮਾਸਟਰ ਸੀਗਾ, ਉਹ ਮੁਸਲਿਮ ਲੀਗ ਦਾ ਜਿਹੜਾ ਹੈਡ ਸੀ ਉਹ ਰਾਈ ਸੀ, ਉਹ ਬਰਖਲਾਫ ਸੀਗਾ। ਉਹਨੇ ਉਹ ਜਿਹੜਾ ਮਾਸਟਰ ਸੀ ਨਾ ਰਾਈ, ਉਹਨੂੰ ਘਰ ਬੁਲਾਇਆ, ਘਰ ਬੁਲਾ ਕੇ ਕਹਿੰਦਾ ਮੈਨੂੰ ਇੱਥੇ ਰਿਪੋਰਟ ਲਿਖ ਦੇ ਮੇਰੇ ਫਾਦਰ ਦੇ ਬਰਖਲਾਫ, ਵੀ ਉਹ ਠੀਕ ਨਹੀਂ ਆ, ਉਹਨਾਂ ਕੋਈ ਰਿਪੋਰਟ ਲਿਖ ਦੇ ਕੁਛ। ਉਹਨੇ ਇਨਕਾਰ ਕਰ ਦਿੱਤਾ, ਕਹਿੰਦਾ ਮੈਂ ਤੇਰੇ ਕੋਲ ਇੱਥੇ ਇਮਾਨ ਵੇਚ ਦਿੱਤਾ, ਮੈਨੂੰ ਉੱਥੇ ਦੁਕਾਨ 'ਤੇ ਨਹੀਂ ਮਿਲ ਦਿੱਤਾ। ਇੱਦਾਂ ਦਾ ਉਹਨੇ ਜਵਾਬ ਦਿੱਤਾ ਕਿ ਇਹ ਇਮਾਨ ਨਹੀਂ ਮੈਂ ਵੇਚਣਾ, ਅਤੇ ਉਹਨੇ ਇਨਕਾਰ ਕਰ ਦਿੱਤਾ। ਉਹਨੇ ਉਹਨੂੰ ਗਾਲਾਂ ਕੱਢੀਆਂ, ਉਹ ਵੀ ਰਾਈ ਸੀ, ਉਹ ਵੀ ਰਾਈ ਸੀ, ਉਹਨੇ ਗਾਲਾਂ ਕੱਢੀਆਂ, ਉਹਨੂੰ ਕੁਛ ਕੀਤਾ, ਉਹਨੇ ਕੁਛ ਪਰਵਾਹ ਨਹੀਂ ਕੀਤੀ। ਉਹ ਫਿਰ ਉੱਥੋਂ ਉਹ ਸਾਹਿਵਾਲ ਸੀਗਾ ਉਹਦਾ ਮੁਸਲਿਮ ਲੀਗ ਦਾ, ਫਿਰ ਉਹ ਸਾਡੇ ਘਰ ਆਇਆ, ਸਾਡੇ ਘਰ ਆ ਕੇ ਫਾਦਰ ਨੇ ਉਹਨੂੰ ਝਾੜਿਆ ਵੀ ਤੂੰ ਰਿਪੋਰਟ ਪਾਈ ਸੀ ਮੇਰੇ ਬਖਲਾ। ਕਹਿੰਦਾ ਜੀ ਨਹੀਂ, ਬਸ ਸੁਣੋ ਮੇਰੀ ਗੱਲ। ਉਹਨੇ ਜਦੋਂ ਦੱਸਿਆ ਵੀ ਫਾਦਰ ਬੜੇ ਖੁਸ਼ ਹੋਏ ਵੀ ਏਦਾਂ ਦਾ ਹੋਣਾ ਚਾਹੀਦਾ ਆਜ ਵੀ। ਉਹ ਜਿਹੜੇ ਕਦਰ ਕਰਦੇ ਸੀ ਨਾ, ਕਿ ਉਹ ਜੱਟ ਸੀ ਨਾ, ਸਾਨੂੰ ਜਿਹੜੇ ਲਾਲੇ ਹੈਗੇ ਨਾ ਉਹਨਾਂ ਨੂੰ ਕੋਈ ਹੈਗਾ ਵੀ ਉਹਨੂੰ ਕਹਿੰਦੇ ਪੜ੍ਹ ਲਿਖਿਆ ਨਾ, ਇਹ ਜੱਟ ਪੜ੍ਹਨ ਹੀ ਨਾ, ਜੱਟਾਂ ਨੂੰ ਹੀ ਹੈਗਾ ਕਿ ਸਾਡੇ ਜੱਟ ਮੁੰਡੇ ਪੜ੍ਹਨ। ਅਤੇ ਇਸ ਕਰਕੇ ਫਾਦਰ ਨੂੰ ਸੀਗਾ ਵੀ ਸਾਡੇ ਜੱਟ ਮੁੰਡੇ ਜਿਹੜੇ ਪਿੰਡਾਂ ਦੇ ਮੁੰਡੇ ਗੇ ਉਹ ਪੜ੍ਹਨ। ਅਤੇ ਉਹ ਫਿਰ ਲੋਕਾਂ ਨੂੰ ਕਹਿੰਦੇ ਜੀ ਮਾਸਟਰ ਨੂੰ ਕੰਮ ਕਰੋਗੇ ਤਦ ਰਿਪੋਰਟ ਮਿਲੂਗੀ। ਫਿਰ 1947 ਅਤੇ 2000 ਰਾਹੀਂ ਆ ਗਏ ਜੀ ਸਾਡੇ ਪਿੰਡ 'ਤੇ ਹਮਲਾ ਕਰਨ, ਵੀ ਇਹ ਸਿੱਖ ਹੈਗੇ ਅਤੇ ਅਸੀਂ ਮੁਸਲਮਾਨ ਹੈਗੇ ਆ। ਉਹਨੇ ਕੁਦਰਤੀ ਮੇਰਾ ਤਾਇਆ ਉਹਨਾਂ ਦਾ ਦੋਸਤ ਸੀ ਜਿਹੜਾ ਜਿਹਨੇ ਹਮਲਾ ਕਰਨਾ ਸੀ, ਉਹਨੇ ਮਰਾਸੀ ਨੂੰ ਕੱਢਿਆ ਸਾਡੇ ਘਰ ਵੀ, ਤਾਏ ਨੂੰ ਬੁਲਾ ਕੇ ਲਿਆ। ਉਹ ਦੋਨੇ ਫਾਦਰ 'ਤੇ ਚਲੇ ਗਏ ਦੋਵੇਂ ਜਾਣੇ, ਉਹ ਡੱਟ ਕੇ ਬੈਠਾ ਆਪਣੇ ਮੰਜੇ, ਸਾਡਾ ਪਾਕਿਸਤਾਨ ਹੈਗਾ। ਅਤੇ ਜਦੋਂ ਫਾਦਰ ਨੇ ਦੱਸਿਆ ਸਿੱਖ ਅਤੇ ਮੁਸਲਮਾਨ ਇਹ ਮਜ਼ਹਬੀ ਜਮਾਤਾਂ ਹੈਗੀਆਂ, ਰੂਹ ਇਹ ਨਾ ਪੈਦਾ ਹੁੰਦਾ ਅਤੇ ਨਾ ਮਰਦਾ, ਤੁਸੀਂ ਜੱਟਾਂ ਨੇ ਮਰਨਾ, ਤੁਸੀਂ ਰਾਈਆਂ ਨੇ ਮਰਨਾ, ਜੇ ਕੋਈ ਦੁਸ਼ਮਣੀ ਤਾਂ ਕੱਢ ਲਓ। ਕਹਿੰਦਾ ਸਾਡੇ ਤਾਂ ਦੁਸ਼ਮਣੀ ਤਾਂ ਆਪਾਂ ਦੋਸਤ ਹੈਗੇ ਆ। ਅਤੇ ਉਹ ਫਿਰ ਕਹਿੰਦਾ 2000 ਨੂੰ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਸਾਨੂੰ ਆਏ ਸੀ ਮਾਰਨ, ਸਾਡੇ ਇੱਕ ਨੰਬਰ ਦੇ ਹਿਫਾਜ਼ਤਦਾਰ ਬਣ ਗਏ ਉਹ।
ਇਹ ਅੱਲਾ ਦਾ ਹੈਗਾ, ਜਿਹੜਾ ਅੱਲਾ ਦਾ ਹੱਥ ਉੱਪਰ ਹੈਗਾ, ਤਲ ਦੇ ਹੀ ਦਾ ਬੰਦਾ ਜਿਹੜਾ ਹਰਫ ਅੱਲਾ ਹੈਗਾ, ਇਹ ਜਿਹੜੇ ਕੋਈ ਵੀ ਹੈਗਾ ਆਦਮੀ, ਮਿਸਾਲ ਅਬਦੁਲ ਅੱਲਾ ਨੂਰ ਪਾਇਆ ਹੁੰਦਾ ਹੈਗਾ, ਜਾਂ ਕੋਈ ਸਿੱਖ ਹੈਗਾ, ਜਾਂ ਕੋਈ ਮੁਹੰਮਦਨ ਹੈਗਾ, ਜਾਂ ਕੋਈ ਵੀ ਹੈਗਾ, ਉਹ ਅੱਲਾ ਦਾ ਜਿਹੜਾ ਓਰੀਜਨ ਹੈਗਾ ਨਾ, ਵੀ ਕਿੱਥੋਂ ਅੱਲਾ ਦਾ ਹਰਫ ਨਿਕਲਿਆ ਹੈਗਾ, ਉਹ ਨਹੀਂ ਪਤਾ ਕਿਸੇ ਨੂੰ। ਕੋਈ ਆਪਣੀ ਜਾਤ ਭੁੱਲ ਗਏ ਨੇ, ਅੱਲਾ ਹਰਫ ਹੈਗਾ ਇਲਾ ਤੋਂ, ਇਲਾ ਹੈਗਾ ਕਬੀਲੇ ਦਾ ਪਿਓ, ਜਿਹੜਾ ਮੇਰਾ ਕਬੀਲੇ ਦਾ ਪਿਓ ਜੱਟ ਹੈਗਾ, ਜੇ ਮੈਂ ਆਪਣੇ ਬ੍ਰਹਮ ਦਾ ਬੇਟਾ ਹੋਵਾਂਗਾ ਤਾਂ ਪਾਰ ਬ੍ਰਹਮ ਨੂੰ ਜਾਣਾਗਾ। ਤੇ ਅੱਲਾ ਹੈਗਾ ਅਲ ਇਲਾ ਦੀ ਫਾਦਰ ਪਾਰ ਬ੍ਰਹਮ, ਪਾਰ ਬ੍ਰਹਮ ਅੱਲਾ ਤੇ ਐਲੋਹੀਮ ਇੱਕੋ ਚੀਜ਼ ਹੈਗੀ। ਤੇ ਇਹ ਗਿਆਨ ਜਿਹੜਾ ਹੈਗਾ ਕਿਤਾਬਾਂ ਜਿਹੜੀ ਮਿਲਦਾ, ਇਹ ਇੱਥੇ ਹੈਗਾ ਸਾਰਾ। ਜੇ ਤੁਹਾਨੂੰ ਕਿਸੇ ਕਿਤਾਬ ਵਿੱਚ ਮਿਲ ਜਾਏ ਕਿ ਅੱਲਾ ਨੂੰ ਅੱਲਾ ਕਿਉਂ ਕਹਿੰਦੇ ਨੇ, ਤਾਂ ਮੈਨੂੰ ਦੱਸਿਆ ਜੀ। ਇਹ ਹੈਗਾ ਮੇਰਾ ਪੈਗਾਮ ਕਿ ਇਹ ਜਿਹੜਾ ਸਮਾਕਾ ਯੁੱਧ ਹੈਗਾ, ਇਹ ਕੂੜ ਦਾ ਹੈਗਾ। ਕੂੜ ਮੱਖ ਮਿੱਠਾ, ਕੂੜ ਮੱਖ ਮਿੱਠਾ, ਕਿਉਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਪੋਲੀਟੀਸ਼ੀਅਨ ਨੇ, ਜੇ ਕੂੜ ਨਾ ਬੋਲਣਗੇ ਨਾ ਵੋਟਾਂ ਨਹੀਂ ਮਿਲਣੀਆਂ। ਇਸ ਕਰਕੇ ਕੂੜ ਪ੍ਰਧਾਨ ਹੈਗਾ ਪੰਜਾਬ ਵਿੱਚ, ਕੂੜ ਦਾ ਜਿਹੜਾ ਹੈਗਾ, ਕੂੜ ਡੋਬੇ ਕੂੜ। ਜਦੋਂ ਇੰਡੀਆ ਪਾਕਿਸਤਾਨ ਲੜਾਈ ਲੱਗੀ ਨਾ, ਜਿਹੜਾ ਮਾਝਾ ਮਹਿੰਦਾ ਦੁਆਬਾ ਦਲੀਆ ਦੇ ਮਾਲਵਾ ਦੋ ਫਾੜ, ਇਹ ਹੋ ਕੇ ਰਹਿਣਾ ਹੈਗਾ। ਇਸ ਦੇ ਲਿਹਾਜ਼ ਨਾਲ ਹੀ ਲੋਕੀ ਆਪਣੀਆਂ ਕੌਮਾਂ ਭੁੱਲੀ ਬੈਠੇ ਨੇ। ਜਿਹੜੇ ਮਾਝੇ ਦੇ ਜੱਟ ਹੈਗੇ ਨੇ, ਉਹ ਜੱਟ ਨਹੀਂ ਕਰਾਉਂਦੇ ਆਪਣੇ ਆਪ ਨੂੰ, ਉਹ ਕਹਿੰਦੇ ਸਿੱਖਾਂ ਦੇ ਘਰ ਹੈਗੇ ਜੀ, ਜਾਂ ਖਾਲਸਿਆਂ ਦੇ ਘਰ ਹੈਗੇ ਨੇ, ਸਰਦਾਰਾਂ ਦੇ ਘਰ ਹੈਗੇ ਨੇ। ਤੇ ਉਹ ਜਿਹੜੇ ਚੂੜੇ ਚ ਮਾਰੇ, ਉਹਨਾਂ ਕਹਿੰਦੇ ਉਹ ਜੱਟ ਹੈਗੇ ਨੇ, ਕਿਸੇ ਨਹੀਂ ਜੱਟ ਹੈਗੇ। ਆਪ ਵੀ ਉਹ ਆਪਣੀ ਕੌਮ ਜਾਤੀ ਭੁੱਲ ਗਿਆ, ਤੇ ਉਹਨਾਂ ਨੂੰ ਵੀ ਜੱਟ ਦਾ ਦੇ ਕੇ ਨਾ ਖੰਭ, ਉਹਨਾਂ ਨੂੰ ਵੀ ਜਾਤੀ, ਉਹਨਾਂ ਦੀ ਵੀ ਜਾਤੀ ਪੜਾਤੀ, ਉਹਨਾਂ ਚੂੜੇ ਚ ਮਾਰਾਂ ਦੀ ਵੀ, ਦੋਨਾਂ ਨੇ ਭੁੱਲ ਗਏ। ਉਹਨਾਂ ਦਾ ਸੱਤਿਆਨਾਸ਼ ਹੋਏਗਾ ਜਦੋਂ ਇੰਡੀਆ ਪਾਕ ਨੂੰ ਲੜਾਈ ਹੋ ਲੱਗੀ। ਮਾਝਾ ਮਹਿਦਾ ਦੁਆਬਾ ਦਲੀਆ, ਉੱਥੇ ਘੱਟ ਜਨੂਨ ਹੈਗਾ, ਤੇ ਮਾਲਵੇ ਚ ਉਹਦੇ ਚੋਂ ਘੱਟ ਜਨੂਨ ਹੈਗਾ, ਤੇ ਹਰਿਆਣੇ ਚ ਜਾਟ ਜਾਟੀ ਖਲਾਉਂਦੇ ਨੇ। ਹਰ ਇੱਕ ਆਪਣੀਆਂ ਕੋਈ ਜਾਤੀਆਂ, ਕਿਸਕਾ ਦੂਰ ਸਹਿਰ ਹੋਏ, ਉਹ ਸਾਰੇ ਆਪਣੀ ਜਾਤੀ ਬੋਲਦੇ ਨੇ, ਤੇ ਉੱਥੇ ਲੋਕ ਬਚਣਗੇ। ਤੇ ਏਦਾਂ ਜਿਹੜਾ ਹੈਗਾ ਬ੍ਰਾਜ਼ੀਲ ਜੰਗਲ ਚ, ਉੱਥੇ ਵੀ ਟ੍ਰਾਈਬਲ ਮਾਰ ਕੇ ਕਿੰਨੇ, ਅਫਰੀਕਾ ਦੇ ਜਿਹੜੇ ਰਹਿ ਕੇ ਆਏ ਮੈਂ ਉੱਥੇ, ਉੱਥੇ ਵੀ ਉਹਨਾਂ ਦੇ ਮੂੰਹ ਜੋ ਟ੍ਰਾਈਬਲ ਮਾਰ ਕੇ ਕਿੰਨੇ, ਉਹਨਾਂ ਨੇ ਐਟੋਮਿਕ ਵਾਰ ਬਚਣੀ ਹੈਗੀ, ਉਹਨਾਂ ਨੇ ਫਿਰ ਇਹ ਦੁਨੀਆਂ ਦੇ ਪਾਪੂਲੇਟ ਕਰਨੇ ਆ, ਦੁਨੀਆਂ ਨੂੰ ਰੀਪਾਪੂਲੇਟ। ਕੱਲ ਜੋ ਇਹਦਾ ਚੱਕਰ ਹੈ ਨਾ ਆਪਣੇ ਸਵਾਸਤਿਕਾ ਦਾ ਹੈਗਾ ਨਾ, ਚਾਰ ਆਰਮੀ ਜਿਹੜੀ ਉਹ ਚੱਕਰ ਹੈਗਾ ਨਾ ਕੱਲ ਯੁੱਗ ਦੇ, ਤੇ ਉਹ ਫਿਰ ਉਹ ਸਵਾਸਤਿਕਾ ਚੱਲੇਗਾ, ਸਤਯੁਗ, ਤ੍ਰੇਤਾ, ਦੁਆਪਰ, ਤੇ ਕਲਯੁਗ ਫਿਰ ਆਏਗਾ, ਫਿਰ ਸਤਿਗੁਰੂ ਆਏਗਾ। ਸਤਿਗੁਰੂ ਸਿਰਫ ਕਲਯੁਗ ਵਿੱਚ ਆਉਂਦਾ ਹੈਗਾ, ਤੇ ਦੂਜਿਆਂ ਚ ਜਿਹੜੇ ਹੁੰਦੇ ਨੇ ਉਹ ਗੁਰੂ ਹੁੰਦੇ ਨੇ, ਬ੍ਰਹਮਣ ਗੁਰੂ। ਬ੍ਰਹਮਣ ਹੈ ਗੁਰੂ ਜਗਤ ਕਾ, ਭਗਤਨ ਕਰਨਾ ਹੀ। ਤੇ ਜਿਹੜੇ ਹੈਗੇ ਅਵਤਾਰ ਸੀਗੇ, ਪਹਿਲਾ ਬੰਦਾ ਪਹਿਲਾ ਹੁੰਦਾ ਹੈਗਾ ਉਹਦਾ ਵਿਸ਼ਨੂੰ ਦਾ ਅਵਤਾਰ, ਜਿਹੜਾ ਸੀਗਾ ਆਪਣੇ ਰਾਮ ਚੰਦਰ ਜੀ, ਰਾਮ ਦਾ ਚੰਦ, ਉਹ ਤੁਹਾਨੂੰ ਵਿਦਿਆ ਦਿੰਦਾ, ਸ਼ਿਵ ਦਿੰਦਾ। ਫਿਰ ਆਉਂਦਾ ਸ਼ਿਵ ਦਾ ਅਵਤਾਰ, ਉਹ ਸੀ ਕ੍ਰਿਸ਼ਨ। ਕ੍ਰਿਸ਼ਨ ਵਿਸ਼ਨੂੰ ਦਾ ਨਹੀਂ ਸੀਗਾ, ਇਹ ਬ੍ਰਹਮ ਕਹਿੰਦੇ ਵਿਸ਼ਨੂੰ ਦਾ ਹੈਗਾ। ਤੇ ਜਿਹੜੇ ਅੰਨੇ ਮੰਨਦੇ ਹੈਗੇ, ਉਹ ਵੀ ਜੋ ਬ੍ਰਹਮ ਕਹਿੰਦਾ ਉਹੀ ਪਟਾਖ ਦਿੰਦੇ ਨੇ, ਸੋਚਦੇ ਨੀ, ਵਿਚਾਰਦੇ ਨੀ ਕੁਛ ਵੀ। ਤੇ ਇਹ ਜਿਹੜਾ ਇਲਮ ਉਹਨੂੰ ਮਿਲਦਾ ਜਿਹਨੂੰ ਪਾਰ ਬ੍ਰਹਮ ਤੋਂ ਸੋਤੀ ਮਿਲੀ ਹੋਈ, ਪਾਰ ਬ੍ਰਹਮ ਦਾ ਹੈਗਾ ਇਹ, ਉਹਨੂੰ ਦਿੰਦਾ ਜਿਹੜਾ ਜਿਹਨਾਂ ਨੂੰ ਤਾਂਘ ਹੈਗੀ, ਜਿਹਨਾਂ ਨੂੰ ਜਿਹਨੇ ਲਿਵ ਲੱਗੀ ਉਹਦੇ ਨਾਲ, ਜਿਹੜਾ ਪੈਸਾ ਨਹੀਂ ਲੈਂਦੇ। ਜਿਹਦਾ ਭਾਈ ਮਾਸਾ ਜੀ ਸੀਗੇ ਆਪਣੇ ਹਰਿਮੰਦਰ ਸਾਹਿਬ ਦੇ ਕੀਰਤਨੀ ਹੈ, ਉਹਦੇ ਕੋਲ ਕੀਰਤੀ ਕੀਰਤਨ ਕਰਦੇ ਸੀ, ਤੇ ਜਿਹੜੇ ਕੋਈ ਅਮੀਰ ਸੀਗੇ, ਕੋਈ ਬਾਦਸ਼ਾਹ ਜਾਂ ਹੋਰ ਸੀਗਾ, ਉਹ ਕਿਹਾ ਜੀ ਆਪਣਾ ਹਾਰ ਹੀ ਲਾ ਕੇ ਉਹਨੂੰ ਦੇ ਦਿੰਦਾ ਸੀਗਾ, ਆਪਣੇ ਜਿਹੜਾ ਗਲੇ ਪਾਇਆ ਹੋਣਾ ਸੀ। ਉਹਨੇ ਬਾਹਰ ਲਿਆ ਕੇ ਉਹ ਗਰੀਬਾਂ ਚ ਵੜ ਦੇਣਾ ਸਾਰਾ ਪੈਸਾ, ਤਾਂ ਦੋ ਚਾਰ ਪੈਸੇ ਜਿਹੜੇ ਉਹ ਖਾਣ ਪੀਣ ਲਈ ਸਿਰਫ ਲੈ ਕੇ ਜਾ ਰਹੇ, ਤੇ ਬਾਕੀ ਉਹ ਸਾਰਾ ਉਹਨੇ ਦੇ ਦੇਣਾ। ਤੇ ਉਹ ਰਹਿੰਦਾ ਸੀਗਾ ਬਹੁਤ ਵੀ ਟੁੱਟੀ ਉਹਦੀ ਬੰਗੀ ਤੇ ਸਭ ਕੁਛ ਹੁੰਦਾ ਸੀਗਾ। ਇਹ ਕਾਣਾ ਰਣਜੀਤ ਗਿਆ ਤੇ ਸੋਨੇ ਦੀਆਂ ਲੈ ਕੇ ਗਿਆ ਆਪਣੇ ਫੈਲੀਆਂ, ਭਾਈ ਮਨਸਾ ਜੀ ਤੁਸੀਂ ਆਪਣਾ ਘਰ ਚੰਗਾ ਬਣਾ ਲਓ। ਉਹਨੇ ਕਾਣੇ ਨੂੰ ਕਿਹਾ ਦੌੜਿਆ ਇੱਥੋਂ ਕੁੱਤਿਆ, ਇਹ ਜਿਹੜਾ ਪੈਸਾ ਹੈਗਾ, ਇਹ ਪੈਸਾ ਤੁਹਾਨੂੰ ਜੇ ਤੁਸੀਂ ਉਹਦੇ ਵੱਲ ਪੂਜਾ ਕਰੋਗੇ
ਤਾਂ ਨਾਮ ਨਹੀਂ ਮਿਲੇਗਾ ਤਦੇ ਨਿਰਮਲ ਸੰਤਾਂ ਨੂੰ ਪੈਸੇ ਦੀ ਨਹੀਂ ਇਜਾਜ਼ਤ ਹੈਗੀ ਅੰਦਰ ਬੁੱਧੀ ਚ ਪਾਉਣ ਦੀ ਪਰ ਅੱਜ ਕੱਲ੍ਹ ਇਹ ਪਾਉਂਦੇ ਨੇ ਇਸ ਕਰਕੇ ਜੇ ਸੰਤ ਦਾ ਕਿਸੇ ਦਾ ਪ੍ਰਤੀਖਿਆ ਕਰਨਾ ਉਹਨੂੰ ਪੈਸੇ ਦਿਓ ਜੇ ਉਹਨੇ ਪੜ੍ਹ ਲਏ ਨਾ ਫਿਰ ਉਹ ਸੰਤ ਨਹੀਂ ਗਾ ਉਹ ਸੰਤ ਹੈਗਾ ਜਿਹੜਾ ਅਸਲੀ ਸੰਤ ਹੈ ਉਹ ਪੈਸੇ ਨੂੰ ਨਹੀਂ ਹੱਥ ਲਾਉਂਦਾ ਇਹੋ ਜੀ ਜੀ ਕਹਿ ਗਿਆ ਵੀ ਜਦੋਂ ਤੁਸੀਂ ਪ੍ਰਚਾਰ ਕਰੋਗੇ ਨੋ ਮਨੀ ਇਨ ਯੋਰ ਪ੍ਰੋਫਿਟ ਨੋ ਟੂ ਸ਼ੂ ਨੋ ਛੋ ਛੂ ਨੇ ਕਿਉਂ ਰਾਮ ਰਾਜੇ ਜੇ ਉੱਥੇ ਪੈਸਾ ਨਹੀਂ ਚੱਲਦਾ ਉੱਥੇ ਤਾਂ ਪਾਰਬ੍ਰਹਮ ਦਾ ਪੈਸਾ ਚੱਲਦਾ ਬਾਣੀ ਖਜ਼ਾਨਾ ਦੁਨਿਆਵੀ ਖਜ਼ਾਨਾ ਨਹੀਂ ਉੱਥੇ ਰੂਹਾਨੀ ਗਿਆਨ ਖਜ਼ਾਨਾ ਹੈਗਾ ਜੇ ਉਹ ਰੂਹਾਨੀ ਖਜ਼ਾਨਾ ਲੈਣਾ ਤੇ ਤੁਸੀਂ ਆ ਪਾਪ ਜਿਹੜਾ ਦੁਨੀਆਂ ਦਾ ਖਜ਼ਾਨਾ ਇਹਨਾਂ ਲੈ ਕੇ ਜਾਓ ਉੱਥੇ ਇਸ ਕਰਕੇ ਪਹਿਲਾ ਚਰਚ ਜਦੋਂ ਬਣਿਆ ਸੀ ਲੋਕਾਂ ਨੇ ਆਪਣੇ ਘਰ ਬਾਰ ਵੇਚ ਦਿੱਤਾ ਸੀ ਸਾਰਾ ਕੁਛ ਤੇ ਬਿਲਕੁਲ ਖਾਲੀ ਹੱਥੀ ਉੱਥੇ ਗਏ ਸੀ ਸਾਰੇ ਪੈਸੇ ਉਹਨੂੰ ਦੇ ਦਿੱਤੇ ਸੀਗੇ ਉਹ ਜਿਹੜਾ ਗੇਟ ਕੀਪਰ ਸੀਗਾ ਉਹਨਾਂ ਨੇ ਫਿਰ ਉਹ ਚਰਚ ਬਣਾਏ ਤੇ ਇੱਦਾਂ ਕੀਤਾ ਉਹਨਾਂ ਨੇ ਬੈਂਕ ਨਹੀਂ ਇੱਥੇ ਬੈਂਕ 'ਚ ਨਹੀਂ ਪਾਏ ਪੈਸਾ ਕੁਛ ਵੀ ਤੇ ਨਾ ਹੀ ਉਹਨਾਂ ਨੇ ਖਾਧਾ ਉਹ ਭਾਗ ਮਾਸ਼ਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਦੱਸ ਸਕਦਾ ਅਤੇ ਇੰਨਾ ਤੁਹਾਡਾ ਟਾਈਮ ਨਹੀਂ ਜ਼ਿਆਦਾ ਲੈਣਾ ਚਾਹੁੰਦਾ ਅਤੇ ਬਾਕੀ ਤੁਹਾਡੀ ਮਰਜ਼ੀ ਜੇ ਪ੍ਰਚਾਰ ਕਰਨਾ ਤਾਂ ਕਰੋ ਨਹੀਂ ਕਰਨਾ ਤਾਂ ਇਹੀ ਤੇ ਹੀ ਬਣਾਓ ਇਹ ਜੱਟ ਦਾ ਹੈਗਾ ਇਹ ਕੋਈ ਖੱਤਰੀ ਨਹੀਂ ਹੈਗਾ ਮੈਂ ਕੋਈ ਜਿਹੜਾ ਜੜ ਤੁਹਾਡੀ ਮਿੰਨਤਾਂ ਕਰਾਂ ਜਾਂ ਮਿੱਠਾ ਮਿੱਠਾ ਬੋਲਾਂ ਸੱਚ ਕੌੜਾ ਹੈਗਾ ਸੱਤ ਉਹਦੇ ਨਾਲ ਵੀ ਜ਼ਿਆਦਾ ਕੌੜਾ ਹੈਗਾ ਸੱਤ ਉਹਨੂੰ ਚਾਹੀਦਾ ਜਿਹਨੂੰ ਤਾਂਘ ਹੈਗੀ ਸੱਤ ਦੀ ਇਸ ਕਰਕੇ ਮਿਹਨਤਾਂ ਨਹੀਂ ਕਰੀ ਦੀਆਂ ਕਿਸੇ ਜਿਹੜੇ ਇਹਨੂੰ ਕਹਿੰਦੇ ਥਰੋਇੰਗ ਪਰਡ ਬਿਫੋਰ ਸਵਾਈਨ ਸੂਰਾਂ ਮੋਹਰੇ ਮੋਤੀ ਨਹੀਂ ਪਾਈਦੇ ਅਤੇ ਜਿਹੜਾ ਕੋਈ ਨਹੀਂ ਚਾਹੁੰਦਾ ਉਹਨੂੰ ਇਹੀ ਚਾਹੀ ਮਰਾਏ ਖੜਾ ਹੋ ਕੇ ਜੋ ਕਰੇਗਾ ਸੋ ਭਰੇਗਾ ਕਿਉਂਕਿ ਕਬੀਰਾ ਤੇਰੀ ਚੌਪੜੀ ਗੱਲ ਕਹਿਣ ਕੇ ਪਾਸ ਜੋ ਕਰੇਗਾ ਸੋ ਭਰੇਗਾ ਤੂੰ ਕਬ ਹੈ ਉਦਾਸ ਕਿਉਂ ਮੈਂ ਸ਼ਾਮਿਲ ਕੀ ਉਦਾਸੀ ਜੀ ਕਿ ਉੱਥੇ ਪਰਮਾਤਮਾ ਜਦੋਂ ਜਾਏਗਾ ਪਾਰਬ੍ਰਹਮ ਕੋ ਉੱਥੇ ਆਪੇ ਹਿਸਾਬ ਕਿਤਾਬ ਦੇਵੇਗਾ ਅਤੇ ਅੱਗੇ ਤੁਹਾਡੀ ਮਰਜ਼ੀ ਹੈ ਜੇ ਪਾਰਬ੍ਰਹਮ ਦਾ ਹੱਥ ਉੱਪਰ ਹੋਵੇਗਾ ਅਤੇ ਤੁਹਾਡੀ ਰਾਖੀ ਚੰਗੀ ਹੋਏਗੀ ਜੇ ਨਾ ਹੋਇਆ ਤਾਂ ਫਿਰ ਤੁਸੀਂ ਦੇਖ ਲਓ ਵੀ ਕਿੱਥੇ ਹੈਗੇ ਜੇ 1947 ਜਾਂ 84 ਜੀ ਹੋਇਆ ਓਕੇ ਜੀ ਚੰਗਾ